ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪ੍ਰਵੀਨ ਕੋਮਲ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਾਸ ਮੁਲਾਕਾਤ। ਖਾਸ ਮੁਲਾਕਾਤ ਦੇ ਵਿੱਚ ਗੱਲ ਕਰਾਂਗੇ ਅੱਜ ਅਸੀਂ ਸਿਆਸਤ ਦੀ, ਸਿਆਸੀ ਲੋਕਾਂ ਦੀ, ਸਿਆਸੀ ਰੁਝਾਨ ਦੀ, ਪੰਜਾਬ ਦੇ ਸਿਆਸੀ ਮਾਹੌਲ ਦੀ, ਸਿਆਸੀ ਜੁਮਲਿਆਂ ਦੀ। ਅਤੇ ਸਾਡੇ ਨਾਲ ਇਸ ਚਰਚਾ ਦੇ ਵਿੱਚ ਅੱਜ ਦੀ ਖਾਸ ਮੁਲਾਕਾਤ ਦੇ ਵਿੱਚ ਜਿਹੜੇ ਸਾਡੇ ਮਹਿਮਾਨ ਨੇ ਉਹਨੇ ਬਿਕਰਮਜੀਤ ਸਿੰਘ ਜਿਹੜੇ ਕਿ ਸਿਆਸੀ ਮਾਮਲਿਆਂ ਦੇ ਮਾਹਰ ਨੇ, ਸਿਆਸੀ ਘਟਨਾਵਾਂ ਦੇ ਉੱਤੇ ਬੜੀ ਪੈਨੀ ਨਜ਼ਰ ਰੱਖਦੇ ਨੇ। ਬਿਕਰਮ ਜੀ, ਤੁਹਾਡਾ ਸਵਾਗਤ ਹੈ ਗੱਲ ਪੰਜਾਬ ਦੀ ਟੀਵੀ ਦੇ ਸਟੂਡੀਓ ਵਿੱਚ। ਧੰਨਵਾਦ ਜੀ। ਗੱਲ ਪੰਜਾਬ ਦੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਪੰਜਾਬ ਦਾ ਜਿਹੜਾ ਸਿਆਸੀ ਮਾਹੌਲ ਹੈ ਇਹਦੀ ਸਮਝ ਨਹੀਂ ਲੱਗ ਰਹੀ। ਕਦੇ ਠੰਡਾ ਹੋ ਜਾਂਦਾ, ਕਦੇ ਗਰਮ ਹੋ ਜਾਂਦਾ। ਬਿਕਰਮ ਜੀ, ਜਿਵੇਂ ਕਿ ਧੁੰਦ ਦੇ ਦਿਨ ਨਹੀਂ ਨੇ ਅੱਜ ਕੱਲ੍ਹ, ਅਤੇ ਧੁੰਦ ਦੇ ਦਿਨਾਂ ਜਿਵੇਂ ਸਪਸ਼ਟ ਜਿਹਾ ਕੁਝ ਦਿਖਾਈ ਨਹੀਂ ਦਿੰਦਾ, ਗੱਡੀਆਂ ਵੀ ਲੇਟ ਹੋ ਜਾਂਦੀਆਂ ਨੇ, ਠੰਡ ਵੀ ਬਹੁਤ ਹੈ, ਅਤੇ ਧੁੰਦਲਾ ਜਿਹਾ ਜਿਸ ਤਰ੍ਹਾਂ ਮਾਹੌਲ ਹੈ, ਇਸੇ ਤਰ੍ਹਾਂ ਹੀ ਪੰਜਾਬ ਦਾ ਜਿਹੜਾ ਸਿਆਸੀ ਮਾਹੌਲ ਹੈ ਇਹ ਵੀ ਕਿਤੇ ਨਾ ਕਿਤੇ ਸਾਨੂੰ ਧੁੰਦਲਾ ਜਿਹਾ ਲੱਗਦਾ। ਤੁਹਾਡਾ ਕੀ ਕਹਿਣਾ ਹੈ? ਬਿਲਕੁਲ ਕੋਮਲ ਸਾਹਿਬ, ਜਿੱਦਾਂ ਕਿ ਗੱਲ ਤੁਸੀਂ ਕਹੀ ਵੀ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਧੁੰਦਲਾ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਜੀ। ਜਿਹੜਾ ਪੰਜਾਬ ਦਾ ਸਿਆਸੀ ਪੇੜਾ, ਜਿਹੜਾ ਅਖਾੜਾ ਪੰਜਾਬ ਦਾ, ਹਾਂ, ਇਸ ਟਾਈਮ ਜਿਹੜੇ ਪੰਜਾਬ ਜਿਹੜੇ ਹਾਲਾਤ ਨੇ, ਜੇ ਮੈਂ ਗੱਲ ਕਰਾਂ ਵੀ ਇਕਨੋਮਿਕਲੀ ਜਿਹੜਾ ਪੰਜਾਬ ਇੰਨਾ ਕ੍ਰਾਈਸਿਸ ਆ ਚੁੱਕਿਆ ਹੈ, ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਨਵੀਆਂ ਸਰਕਾਰਾਂ ਪਿਛਲੇ ਲੰਬੇ ਸਮੇਂ ਤੋਂ, ਜੇ ਬਾਦਲ ਸਰਕਾਰ ਦੀ ਗੱਲ ਕਰੀਏ 10 ਸਾਲ ਤੋਂ, ਤਾਂ ਕੈਪਟਨ ਦਾ ਜਿਹੜਾ ਹੈਗਾ 3 ਸਾਲ ਦਾ ਸਮਾਂ ਚੱਲ ਰਿਹਾ, ਤਾਂ ਮੈਨੂੰ ਲੱਗਦਾ ਖਜ਼ਾਨੇ ਦੀਆਂ ਹੀ ਗੱਲਾਂ ਜਿਹੜੀ ਹੈਗੀਆਂ ਨੇ ਉਹ ਚੱਲਦੀਆਂ ਆ ਰਹੀਆਂ ਨੇ, ਅਤੇ ਤੀਜਾ ਜਿਹੜਾ ਬਦਲ ਹੈ ਲੋਕ ਉਹਦੇ ਮੂੰਹ ਵੱਲ ਤੱਕ ਰਹੇ ਨੇ। ਅੱਛਾ, ਇੱਕ ਗੱਲ ਹੋਰ ਹੈ ਖਜ਼ਾਨੇ ਤੋਂ, ਗੱਲ ਮੇਰੇ ਦਿਮਾਗ ਦੇ ਵਿੱਚ ਜਿਹੜੀ ਇੱਕਦਮ ਪੈਦਾ ਹੋਈ ਹੈ ਕਿ ਜਦੋਂ ਵੀ ਕੋਈ ਸਰਕਾਰ ਲਾਂਭੇ ਹੁੰਦੀ ਹੈ ਸੀਨ ਤੋਂ, ਸਿਆਸੀ ਸੀਨ ਤੋਂ, ਕੋਈ ਵੀ ਪਾਰਟੀ, ਸਪੋਜ਼ ਕਰੋ ਅਕਾਲੀ ਦਲ ਹੈ, ਅਕਾਲੀ ਦਲ ਹਾਰ ਗਿਆ, ਕਾਂਗਰਸ ਆ ਗਈ, ਤਾਂ ਜਿਹੜੀ ਨਵੀਂ ਸਰਕਾਰ ਬਣਦੀ ਹੈ ਅਤੇ ਉਹਦੇ ਜਿਹੜੇ ਕਾਰਕੁਨ ਹੁੰਦੇ ਨੇ, ਉਹਦੇ ਜਿਹੜੇ ਕਾਰਜ ਕਰਤਾ, ਜਿਹੜੇ ਉਹਦੇ ਕੰਮ ਕਾਜ ਚਲਾਉਣ ਵਾਲੇ, ਉਹ ਜਿਹੜੇ ਮੁਖੀ ਵੀ ਹੁੰਦੇ ਨੇ ਸਿਸਟਮ ਦੇ ਅੰਗ, ਉਹ ਅਕਸਰ ਕਹਿੰਦੇ ਨੇ ਕਿ ਖਜ਼ਾਨਾ ਖਾਲੀ ਕਰ ਗਈ ਜਾਂਦੀ ਸਰਕਾਰ। ਜਿਵੇਂ ਲੋਕਾਂ ਦੇ ਦਿਮਾਗ ਵਿੱਚ ਪਤਾ ਫਿਰ ਕੀ ਨਕਸ਼ਾ ਪੈਦਾ ਹੁੰਦਾ, ਜਿਵੇਂ ਕਿ ਗੱਲਾ ਪਿਆ ਹੋਵੇ ਅਤੇ ਬਾਦਲ ਹੋਰੇ ਜਾਂਦੇ ਜਾਂਦੇ ਉਹਦੇ ਵਿੱਚੋਂ 50-100 ਦੇ ਜਿੰਨੇ ਵੀ ਨੋਟ ਪਏ ਨੇ ਉਹ ਕੱਢ ਕੇ ਲੈ ਗਏ ਅਤੇ ਡੱਬਾ ਖਾਲੀ ਹੋ ਗਿਆ। ਬਿਲਕੁਲ ਕੋਮਲ ਸਰ, ਬਿਲਕੁਲ ਤੁਹਾਡੀ ਗੱਲ। ਜਦ ਕਿ ਖਜ਼ਾਨਾ ਜਿਹੜਾ ਉਹ ਖਜ਼ਾਨਾ ਤਾਂ ਖਾਲੀ ਹੁੰਦਾ ਹੀ ਨਹੀਂ, ਡੇਲੀ ਖਜ਼ਾਨੇ ਦੇ ਵਿੱਚ ਪੈਸਾ ਆਉਂਦਾ, ਰੈਵੇਨਿਊ ਆਉਂਦਾ, ਡੇਲੀ ਆਉਂਦਾ, ਡੇਲੀ ਟੈਕਸ ਕਲੈਕਸ਼ਨ ਹੁੰਦੀ ਹੈ, ਅਤੇ ਖਜ਼ਾਨਾ ਖਾਲੀ ਕਰ ਗਈ ਸਰਕਾਰ, ਇਹ ਨਹੀਂ ਸਮਝ ਆਉਂਦੀ। ਇਹਦੇ ਬਾਰੇ ਜਿਹੜਾ ਚਾਨਣਾ ਪਾਓ। ਜਿਹੜੀ ਤੁਸੀਂ ਖਜ਼ਾਨੇ ਦੀ ਗੱਲ ਕੀਤੀ, ਕਿਉਂਕਿ ਜਿੰਨੀਆਂ ਵੀ ਸਰਕਾਰਾਂ ਜੀ ਬਣਦੀਆਂ ਨੇ ਉਹਦੇ ਵਿੱਚ ਮੁਲਾਜ਼ਮਾਂ ਦਾ ਬਹੁਤ ਵੱਡਾ ਜਿਹੜਾ ਹੈਗਾ ਰੋਲ ਹੁੰਦਾ, ਕਿਉਂਕਿ ਜਿਹੜੀਆਂ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਨੇ ਜਿਹੜੇ ਉਹਨਾਂ ਦੇ ਆਗੂ ਨੇ, ਸਰਕਾਰ ਭਾਵੇਂ ਕੋਈ ਵੀ ਹੋਵੇ, ਕੋਮਲ ਸਾਹਿਬ, ਉਹਦਾ ਜਿਹੜਾ ਰਤਬਾ ਹੈ ਉਹ ਸਰਕਾਰਾਂ ਨਾਲ ਹੀ ਹੁੰਦਾ ਹੈ, ਤਾਂ ਉਹ ਮੁਲਾਜ਼ਮਾਂ ਦੇ ਲਈ ਜਿਹੜਾ ਖਜ਼ਾਨਾ ਜਿਹੜਾ ਖਾਲੀ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹ ਮੁਲਾਜ਼ਮਾਂ ਦੇ ਨਾਲ ਹੀ ਜਿਹੜਾ ਆਪਸੀ ਕੰਟਰੋਵਰਸੀ ਸਰਕਾਰ ਜਿਹੜੀ 5 ਸਾਲ ਜਿਹੜੀ ਹੈਗੀ ਚਲਾਉਂਦੀ ਰਹਿੰਦੀ ਹੈ, ਕਿਉਂਕਿ ਉਹਨਾਂ ਨੂੰ ਸਰਕਾਰ ਨੂੰ ਉਹਦੇ ਵਿੱਚੋਂ ਸਿਆਸਤ ਲੱਭਦੀ ਹੈ। ਜਦੋਂ ਕੋਈ ਇੱਕ ਪਾਰਟੀ ਧਰਨਾ ਦਿੰਦੀ ਹੈ, ਮੁਲਾਜ਼ਮ ਧਰਨਾ ਦਿੰਦੇ ਨੇ, ਤਾਂ ਧਰਨਾ ਲਵਾਇਆ ਜਾਂਦਾ ਹੈ, ਵਿੱਚੋਂ ਹੀ ਜਿਹੜੇ ਕੁਛ ਬੰਦੇ ਹੁੰਦੇ ਨੇ ਉਹ ਧਰਨੇ ਨੂੰ ਹਟਾਉਣ ਦਾ ਯਤਨ ਵੀ ਕਰਦੇ ਨੇ। ਸਰਕਾਰਾਂ ਮੁਲਾਜ਼ਮਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਜਿਹੜਾ ਖਜ਼ਾਨੇ ਦਾ ਰੌਲਾ ਹੁਣ ਤੋਂ ਨਹੀਂ, ਇਹ ਸ਼ੁਰੂ ਦੀ ਪਾਉਂਦੀਆਂ ਆ ਰਹੀਆਂ। ਸੋ ਗੱਲਾਂ ਜੋ ਤੁਹਾਡੇ ਖਜ਼ਾਨੇ ਤੋਂ ਖਜ਼ਾਨੇ ਦੀ ਗੱਲ ਚੱਲ ਪਈ, ਅਤੇ ਹਾਲਾਂਕਿ ਕਿਤੇ ਨਾ ਕਿਤੇ ਇਹ ਵੀ ਸਿਆਸਤ ਦੇ ਨਾਲ ਸੰਬੰਧ ਰੱਖਦਾ, ਅਤੇ ਆਪਾਂ ਜਿਹੜਾ ਸਿਆਸੀ ਮਾਹੌਲ ਹੈ ਉਹਦੇ ਬਾਰੇ ਗੱਲ ਕਰੀਏ ਪੰਜਾਬ ਦੇ ਬਾਰੇ। ਜਿਵੇਂ ਪਾਰਟੀਆਂ ਨੇ, ਵੱਖ ਵੱਖ ਪਾਰਟੀਆਂ ਨੇ, ਅਕਾਲੀ ਦਲ ਹੈ, ਤੁਹਾਡਾ ਆਮ ਆਦਮੀ ਪਾਰਟੀ ਹੈ, CPI CPM ਤਾਂ ਪੰਜਾਬ ਦੇ ਵਿੱਚ ਕਦੇ ਹੁੰਦੀ ਸੀ, ਅੱਜ ਕੱਲ੍ਹ ਤਾਂ ਇਹਨਾਂ ਦਾ ਨਾਂ ਨਿਸ਼ਾਨ ਨਹੀਂ। ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਜਿਹੜੀ ਅਕਾਲੀ ਦਲ ਦੀ ਨਾਲ ਕੋਲੀਸ਼ਨ ਨਾਲ ਸਰਕਾਰ ਵੀ ਬਣਾਉਂਦੀ ਹੈ, ਉਹ ਵੀ ਕਿੱਧਰ ਨਾ ਕਿੱਧਰੇ ਠੰਡੀ ਪਈ ਹੋਈ ਹੈ, ਹਾਲਾਂਕਿ ਸੈਂਟਰ ਦੇ ਵਿੱਚ ਇਹਨਾਂ ਦੀ ਸਰਕਾਰ ਹੈ। ਬਿਲਕੁਲ, ਮੈਂ ਤੁਹਾਨੂੰ ਪ੍ਰਵੀਨ ਕੋਮਲ ਜੀ ਪਿਛਲੇ ਇਤਿਹਾਸ 'ਤੇ ਲੈ ਕੇ ਜਾਣਾ ਚਾਹੁੰਦਾ ਵਾਂ। CPI ਅਤੇ CPM ਨੇ ਤੀਜੇ ਮੋਰਚੇ ਵਜੋਂ ਭਾਵੇਂ ਜਿੰਨੀਆਂ ਮਰਜ਼ੀ ਲੜਾਈਆਂ ਲੜੀਆਂ, ਉਹ ਸਮੇਂ ਸਮੇਂ 'ਤੇ ਕਦੀ ਕਾਂਗਰਸ ਨਾਲ, ਕਦੀ ਅਕਾਲੀ ਦਲ ਨਾਲ ਸਮਝੌਤਾ ਕਰਕੇ ਲੜਾਈ ਲੜਦੇ ਰਹੇ। ਇਸ ਦੇ ਨਾਲ ਹੀ ਜੇ ਮੈਂ ਗੱਲ ਕਰਾਂ ਬਹੁਜਨ ਸਮਾਜ ਪਾਰਟੀ, ਬਹੁਜਨ ਸਮਾਜ ਪਾਰਟੀ ਵੀ ਕਿਤੇ ਨਾ ਕਿਤੇ ਸਰਕਾਰਾਂ ਨੂੰ ਪ੍ਰਭਾਵਿਤ ਜ਼ਰੂਰ ਕਰਦੀ ਰਹੀ, ਲੇਕਿਨ 1995 ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਕਿਸੇ ਵੀ ਵਿਧਾਨ ਸਭਾ ਖੇਤਰ ਦੇ ਵਿੱਚ ਕੋਈ ਸੀਟ ਨਹੀਂ ਆਈ। ਬਿਲਕੁਲ। ਜੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਬਲਵੰਤ ਸਿੰਘ ਰਾਮੂਵਾਲੀਆ ਨੇ ਇੱਕ ਵਾਰੀ ਲੋਕਾਂ ਨੂੰ ਸੁਚੇਤ ਕਰਨ ਲਈ, ਜਾਗਰੂਕ ਕਰਨ ਦੇ ਲਈ ਲੋਕ ਭਲਾਈ ਪਾਰਟੀ ਬਣਾਈ, ਲੇਕਿਨ ਉਹਨੂੰ ਹੰਗਾਰਾ ਜ਼ਰੂਰ ਮਿਲਿਆ, ਉਹ ਲੋਕਾਂ ਨੂੰ ਚਿਤੰਨ ਤਾਂ ਕਰ ਸਕਿਆ, ਲੇਕਿਨ ਰਾਮੂਵਾਲੀਆ ਦੀ ਜਿਹੜੀ ਸੋਚ ਹੈ ਉਹ ਕੁਰਸੀ ਤੱਕ ਸੀਮਤ ਰਹੀ। ਉਹ ਕਦੀ UP ਚਲੇ ਜਾਂਦੇ ਨੇ, ਕਦੀ ਬਿਹਾਰ ਚਲੇ ਜਾਂਦੇ ਨੇ, ਕਿਤੇ ਮਨੋਰਟੀ ਮੈਂਬਰ ਬਣ ਜਾਂਦੇ ਨੇ। ਉਹਨਾਂ ਕੋਲ ਤਜ਼ਰਬਾ ਆਪਣਾ, ਸਿਆਸੀ ਤਜ਼ਰਬਾ ਹੈ,
ਉਹ ਆਪਣੀ ਕਿਤੇ ਨਾ ਕਿਤੇ ਗਾਂਢ ਸਾਂਢ ਲੈ ਕੇ ਕਿਤੇ ਨਾ ਕਿਤੇ ਆਪਣੀ ਜਿਹੜੀ ਹੈਗੀ ਆਪਣੀ ਤ੍ਰਿਸ਼ਨਾ ਜਿਹੜੀ ਹੈਗੀ ਸਿਆਸੀ ਪੂਰੀ ਕਰ ਲੈਂਦੇ ਕਿਤੇ ਨਾ ਕਿਤੇ ਗੁੱਲੀ ਫਸ ਹੀ ਜਾਂਦੀ ਹੈ ਉਹਨਾਂ ਹਾਂ ਇਸ ਤੋਂ ਬਾਅਦ ਗੱਲ ਕਰੀਏ ਤਾਂ ਪੀਪਲਸ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਈ ਠੀਕ ਹੈ ਮਨਪ੍ਰੀਤ ਨੇ ਇੱਕ ਨਵਾਂ ਹੁਲਾਰਾ ਇੱਕ ਨਵਾਂ ਜੋਸ਼ ਜਜ਼ਬਾ ਲੈ ਕੇ ਚੱਲੇ ਲੋਕਾਂ ਪਤੰਗ ਪਤੰਗ ਸੀ ਬਿਲਕੁਲ ਇੱਕ ਰੈਲੀ ਜਿਹੜੀ ਹੈਗੀ ਹੈ ਉਹ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਹੈਗੀ ਖੜਗੜ ਕਲਾ ਕੀਤੀ ਗਈ ਉਹਨੂੰ ਹੰਗਾਰਾ ਵੀ ਮਿਲਿਆ ਲੇਕਿਨ ਉਹਦਾ ਵੀ ਨਤੀਜਾ ਇੱਦਾਂ ਦਾ ਨਿਕਲਿਆ ਵੀ ਉਹ ਮਨਪ੍ਰੀਤ ਬਾਦਲ ਜਿਹੜਾ ਹੈਗਾ ਬਾਦਲ ਦੀ ਸਰਕਾਰ ਬਣਾ ਗਿਆ ਅਤੇ ਵਿਰੋਧੀ ਧਿਰ ਦਾ ਨੁਕਸਾਨ ਕਰ ਗਿਆ ਬਿਲਕੁਲ ਕਰ ਗਿਆ ਜੇ ਅਸੀਂ ਗੱਲ ਕਰੀਏ ਕਿ ਉਸ ਵੇਲੇ ਹਾਲਾਤ ਇਹ ਸੀ ਕਿ ਬੜੀ ਸਪਸ਼ਟ ਨਜ਼ਰ ਆ ਰਹੀ ਸੀ ਲੋਕਾਂ ਨੂੰ ਕਿ ਕਾਂਗਰਸ ਦੀ ਸਰਕਾਰ ਬਣੇਗੀ ਔਰ ਕਾਂਗਰਸ ਦੀ ਸਰਕਾਰ ਬਣ ਵੀ ਜਾਂਦੀ ਪਰ ਜਿਹੜਾ ਮਨਪ੍ਰੀਤ ਵਾਲਾ ਸਮੀਕਰਨ ਇੱਧਰ ਕਿਸੇ ਦਾ ਧਿਆਨ ਨਹੀਂ ਸੀ ਥੋੜ੍ਹੇ ਜਿਹੇ ਮਾਰਜਨਲ ਹੈ ਜਾਂ ਵੋਟਾਂ ਦਾ ਹੇਰ ਫੇਰ ਹੋਇਆ ਕਿ ਬਣਦੀ ਬਣਦੀ ਕਾਂਗਰਸ ਦੀ ਸਰਕਾਰ ਰਹੀ ਬਿਲਕੁਲ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕੋਮਲ ਸਾਹਿਬ ਜਦਕਿ 34% ਜਿਹੜੀ ਪ੍ਰਤੀਸ਼ਤ ਅਕਾਲੀ ਦਲ ਸੀ ਸਰਕਾਰ ਉਹ ਬਣਾ ਗਏ ਲੇਕਿਨ ਜਿਹੜੀ ਪ੍ਰਤੀਸ਼ਤ 40% ਕਾਂਗਰਸ ਦੀ ਸੀ ਉਹ ਹਾਰ ਗਏ ਉਸ ਤੋਂ ਬਾਅਦ ਹੁਣ 2017 ਦੀ ਸੀਨ ਦੀ ਆਪਾਂ ਗੱਲ ਕਰੀਏ ਕੋਮਲ ਸਾਹਿਬ ਤਾਂ ਆਮ ਆਦਮੀ ਪਾਰਟੀ ਇੱਕ ਲਹਿਰ ਬਣ ਕੇ ਆਈ ਲੇਕਿਨ ਉਹ ਲਹਿਰ ਦਾ ਉਬਾਲਾ ਜਿਹੜਾ ਹੈਗਾ ਆਪਸੀ ਦਿਮਾਗੀ ਜਿਹੜਾ ਹੈਗਾ ਸਿਆਸੀ ਦਾਪੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਜਿਹੜਾ ਹੈਗਾ ਕਾਂਗਰਸ ਨੇ ਉਹਨਾਂ ਨੂੰ ਢਾਹ ਢੇਰੀ ਕਰਤਾ ਲੇਕਿਨ ਉਹ ਮਾਲਵੇ ਦੇ ਵਿੱਚ ਪੈਰ ਜਮਾਨ 'ਚ ਕਾਮਯਾਬ ਰਹੇ ਜਿੱਥੋਂ ਉਹਨਾਂ ਨੇ 15 ਤੋਂ ਲੈ ਕੇ 18 ਸੀਟਾਂ ਉਹਨਾਂ ਨੇ ਮਾਲਵੇ ਦੇ ਵਿੱਚ ਜਿਹੜੀਆਂ ਹੈਗੀਆਂ ਪ੍ਰਾਪਤ ਕਰ ਲਈਆਂ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕੋਮਲ ਸਾਹਿਬ ਜਿਹੜੀਆਂ ਮਾਲਵੇ ਦੇ ਵਿੱਚ ਹੀ ਆਮ ਲੋਕਾਂ ਨੂੰ ਨਹੀਂ ਪਤਾ ਵੀ ਮਾਲਵੇ 'ਚ ਆਮ ਆਦਮੀ ਪਾਰਟੀ ਨੇ ਸਟੇਅ ਕਿਉਂ ਕੀਤਾ ਕਿਉਂਕਿ ਹਮੇਸ਼ਾ ਜਿੰਨੇ ਵੀ ਪੰਜਾਬ ਦੀਆਂ ਵਿਭਾਗ ਨੇ ਉਹਨਾਂ ਦੇ ਮੁਲਾਜ਼ਮ ਜਿਹੜੇ ਨੇ ਸਾਰੇ ਮਾਲਵੇ ਵਿੱਚੋਂ ਨਿਕਲਦੇ ਨੇ ਜਿੰਨੇ ਵੀ ਪ੍ਰਧਾਨ ਨੇ ਉਹ ਮਾਲਵੇ ਵਿੱਚੋਂ ਹੀ ਜੰਮਦੇ ਨੇ ਹਰ ਚਾਹੇ ਤੁਸੀਂ ਐਜੂਕੇਸ਼ਨ ਦਾ ਲਾ ਲਓ ਚਾਹੇ ਵਾਟਰ ਸਪਲਾਈ ਸੈਨੀਟੇਸ਼ਨ ਦਾ ਲਾ ਲਓ ਬਿਜਲੀ ਬੋਰਡ ਦਾ ਲਾ ਲਓ ਜਿੰਨੇ ਵੀ ਵੱਡੇ ਅਦਾਰੇ ਨੇ ਤਾਂ ਹਮੇਸ਼ਾ ਹੀ ਪ੍ਰਧਾਨ ਮਾਲਵੇ 'ਚੋਂ ਉੱਭਰੇ ਨੇ ਅਤੇ ਕੋਮਲ ਸਾਹਿਬ ਜੇ ਆਪਾਂ ਪਿਛਲੇ ਇਤਿਹਾਸ ਦੀ ਵੀ ਗੱਲ ਕਰੀਏ ਤਾਂ ਇਹ ਜਿਹੜੀ ਲਹਿਰ ਹੈ ਇਹ ਕਮਿਊਨਿਸਟ ਪਾਰਟੀ ਦੇ CPI ਵਾਲੇ ਜ਼ਿਆਦਾ ਰਹੇ ਨੇ ਕਾਮਰੇਡ ਸਟਾਈਲ ਸਨ ਅਤੇ ਲੋਕ ਜਿਹੜੀ ਆਮ ਆਦਮੀ ਪਾਰਟੀ ਸੀ ਉਹਦੀ ਵਿਚਾਰਧਾਰਾ ਕਾਮਰੇਡਾਂ ਨਾਲ ਮਿਲਦੀ ਸੀ ਤਾਂ ਮਾਲਵੇ ਦੇ ਲੋਕਾਂ ਨੇ ਫਟਾਫਟ ਉਹਨੂੰ ਅਡੋਪਟ ਕਰ ਲਿਆ ਲੇਕਿਨ ਕਿਤੇ ਨਾ ਕਿਤੇ ਉਹ ਮਾਰ ਖਾ ਗਏ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ ਕਿ ਸਰਕਾਰੀ ਕਰਮਚਾਰੀਆਂ ਨੇ ਮਾਲਵਾ ਬੈਲਟ ਦੇ ਨੇ ਬਹੁਤ ਯੋਗਦਾਨ ਬਹੁਤ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਮੰਡੀਕਰਨ ਬੋਰਡ ਦੇ ਵਿੱਚੋਂ ਵੀ ਮੇਰੇ ਯਾਦ ਹੈ ਵੀ ਕਈ ਜਿਹੜੇ ਇੱਥੇ ਦੇ ਅਧਿਕਾਰੀ ਸੀ ਉਹ ਰੈਲੀਆਂ ਦੇ ਵਿੱਚ ਜਾਂਦੇ ਰਹੇ ਨੇ ਆਮ ਆਦਮੀ ਪਾਰਟੀਆਂ ਦੇ ਵਿੱਚ ਠੀਕ ਹੈ ਔਰ ਕਰਮਚਾਰੀਆਂ ਨੇ ਕਿਤੇ ਨਾ ਕਿਤੇ ਆਮ ਆਦਮੀ ਨੂੰ ਪਾਰਟੀ ਨੂੰ ਉਸ ਵੇਲੇ ਹੁੰਗਾਰਾ ਦਿੱਤਾ ਸੀ ਇਸ ਗੱਲ ਵਿੱਚ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ ਬਿਲਕੁਲ ਜਿਹੜੀ ਗੱਲ ਤੁਸੀਂ ਆਪਾਂ ਕੋਮਲ ਸਾਹਿਬ ਗੱਲ ਕਰ ਰਹੇ ਲੇਕਿਨ ਜਿਹੜੇ ਹਾਲਾਤ ਨੇ ਇਸ ਟਾਈਮ ਆਮ ਆਦਮੀ ਪਾਰਟੀ ਲੋਕ ਇੱਕ ਤੀਜੇ ਬਦਲ ਦੀ ਝਾਕ ਵੱਲ ਜ਼ਰੂਰ ਨੇ ਜੀ ਲੇਕਿਨ ਤੀਜਾ ਬਦਲ ਪੰਜਾਬ ਵਿੱਚ ਬਣਨਾ ਮੈਂ ਕਹਿੰਦਾ ਵੀ ਬਹੁਤ ਮੁਸ਼ਕਲ ਹੈ ਮੁਸ਼ਕਲ ਹੈ ਅਲੱਗ ਅਲੱਗ ਪਾਰਟੀਆਂ ਨੇ ਬਣ ਬਣ ਦੀ ਲੱਕੜੀ ਜੇ ਅਸੀਂ ਕਹਿ ਸਕਦੇ ਹਾਂ ਇਕੱਠੀ ਹੋਈ ਹੋਈ ਹੈ ਅਤੇ ਹਰੇਕ ਦੇ ਆਪਣੇ ਆਪਣੇ ਨਿੱਜੀ ਮੁਫਾਦ ਨੇ ਅਤੇ ਉਹ ਜਿਹੜੇ ਨਿੱਜੀ ਮੁਫਾਦ ਨੇ ਕੋਈ ਵੀ ਪਾਰਟੀ ਉਹਨਾਂ ਨੂੰ ਤਿਆਗ ਨਹੀਂ ਸਕਦੀ ਬਿਲਕੁਲ ਮਜਬੂਰੀਆਂ ਨੇ ਆਪੋ ਆਪਣੀਆਂ ਵਰਕਰ ਦੀਆਂ ਹੇਠਲੇ ਕਾਡਰ ਦੀ ਉੱਪਰੇ ਕਾਡਰ ਦੀ ਦਰਮਿਆਨੇ ਕਾਡਰ ਦੀ ਸਾਰਿਆਂ ਦੀਆਂ ਮਜਬੂਰੀਆਂ ਨੇ ਤੋ ਇਸ ਕਰਕੇ ਤੁਹਾਡੀ ਗੱਲ ਹੈ ਕਿ ਹਾਲਾਤ ਨੇ ਜਿਹੜੇ ਪੰਜਾਬ ਦੇ ਇੱਥੇ ਜ਼ਿਆਦਾਤਰ ਅਕਾਲੀ ਦਲ ਕਾਂਗਰਸ ਇਸੇ ਤਰ੍ਹਾਂ ਦਾ ਇਹਨਾਂ ਲੰਬੇ ਸਮੇਂ ਤੱਕ ਇਹਨਾਂ ਨੇ ਰਾਜ ਕੀਤੇ ਇਹੀ ਆਉਂਦੇ ਰਹੇ ਨੇ ਅਤੇ ਜਿਹੜੀਆਂ ਮੈਨੂੰ ਇੰਝ ਲੱਗਦਾ ਕਿ ਜਿਹੜੀਆਂ ਪਾਰਟੀਆਂ ਨੇ ਛੋਟੀਆਂ ਪਾਰਟੀਆਂ ਅਸੀਂ ਕਹਿ ਸਕਦੇ ਹਾਂ ਇਹਨਾਂ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਅਮਰ ਵੇਲ ਦੀ ਤਰ੍ਹਾਂ ਸਥਾਪਿਤ ਕਰਤਾ ਇਹਨਾਂ ਨੇ ਦੂਜੇ ਦਰਖਤਾਂ ਦੇ ਆਸਰੇ ਹੈ ਨਾ ਆਪਣੇ ਆਪ ਨੂੰ ਸਰਵਾਈਵ ਕੀਤਾ ਜਿਵੇਂ ਅਮਰ ਵੇਲ ਦੂਸਰੇ ਦਰਖਤ ਦੇ ਉੱਤੇ ਸਰਵਾਈਵ ਕਰਦੀ ਹੈ ਅਤੇ ਪਰ ਇਹ ਆਪਣੀ ਹੋਂਦ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਰਹੇ ਆ ਪਿੱਛੇ ਜਿਵੇਂ ਲੋਕ ਇਨਸਾਫ ਪਾਰਟੀ ਵੀ ਬਣੀ ਸੀ ਇੱਕ ਬਹਿਸ ਹੋਰਿਆਂ ਦੀ ਬਹਿਸ ਹੋਰਿਆਂ ਨੇ ਬਹੁਤ ਦੇਖੋ ਲੋਕ ਜਿਹੜੇ ਨੌਟੰਕੀ ਪਸੰਦ ਕਰਦੇ ਨੇ ਰੌਲਾ ਗੌਲਾ ਪਸੰਦ ਕਰਦੇ ਨੇ ਡਰਾਮਾ ਹਾਈ ਇਮੋਸ਼ਨਲ ਪਸੰਦ ਕਰਦੇ ਨੇ ਉਹਨਾਂ ਦੇ ਵਿੱਚ ਇਹ ਪਾਰਟੀ ਕਾਫੀ ਉੱਭਰ ਕੇ ਸਾਹਮਣੇ ਆਈ ਪਰ ਹੁਣ ਇਹਦਾ ਵੀ ਕੰਮ ਠੰਡਾ ਹੀ ਲੱਗ ਰਿਹਾ ਬਿਲਕੁਲ 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 ਮੈਂ ਕੋਮਲ ਸਾਹਿਬ ਜੇ ਗੱਲ ਕਰੀਏ ਆਪਾਂ ਸਿੱਧੂ ਦਾ ਸੋਸ਼ਲ ਮੀਡੀਆ 'ਤੇ ਜਿਹੜਾ ਇੱਕਦਮ ਉਬਾਲ ਇੱਕਦਮ ਆਇਆ ਵੀ ਉਹ ਜਿਹੜੇ ਹੈਗੇ ਨੇ ਪੰਜਾਬ ਦੇ ਡਿਪਟੀ CM ਬਣ ਸਕਦੇ ਨੇ ਉਹ BJP ਵਿੱਚ ਵੀ ਜਾ ਸਕਦੇ ਨੇ ਤਾਂ ਇੱਕ ਸਿੱਧੂ ਨੂੰ ਇੱਕ ਚਿਹਰੇ ਵਜੋਂ ਉਭਾਰਿਆ ਗਿਆ ਪੰਜਾਬ ਦੇ ਵਿੱਚ ਲੇਕਿਨ ਮੈਂ ਇਹ ਵੀ ਗੱਲ ਦੱਸਣਾ ਚਾਹੁੰਦਾ ਕੋਮਲ ਸਾਹਿਬ ਕ੍ਰਿਕਟ ਦੀ ਕਮੈਂਟਰੀ ਅਤੇ ਸਿਆਸਤ ਦੀ ਕਮੈਂਟਰੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸਿੱਧੂ ਸ਼ਾਇਦ ਉਹ ਕਮੈਂਟਰੀ ਕ੍ਰਿਕਟ ਦੀ ਤਾਂ ਵਧੀਆ ਬੋਲ ਸਕਦੇ ਨੇ ਪਰ ਜੇ ਸਿਆਸੀ ਕਮੈਂਟਰੀ ਦੇ ਵਿੱਚ ਥੋੜ੍ਹੀ ਜਿਹੀ ਵੀ ਕੋਈ ਹਰਕਤ ਹੁੰਦੀ ਹੈ ਕਿਉਂਕਿ ਜਿਵੇਂ ਉਹਨਾਂ ਦੀ ਭਾਸ਼ਾ ਬੋਲਬਾਣੀ ਹੈ ਉਹ ਸੱਚ ਦੀ ਗੱਲ ਕਰਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਗੁੱਸੇ ਦੇ ਵਿੱਚ ਇੱਕ ਸ਼ਬਦ ਵੀ ਨਿਕਲਿਆ ਉਹ ਕਿਤੇ ਨਾ ਕਿਤੇ ਜਨਤਾ ਉਹਨੂੰ ਘਾਤਕ ਤੌਰ 'ਤੇ ਤਰੀਕੇ ਨਾਲ ਲੈ ਲੈਂਦੀ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਲੋਕ ਕਿਤੇ ਨਾ ਕਿਤੇ ਨਾ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੇ ਉਹਨਾਂ ਦੇ ਤੌਰ ਗੱਲਬਾਤ ਕਰਨ ਦਾ ਅੰਦਾਜ਼ ਹੈ
ਉਹਨਾਂ ਦਾ ਜਿਹੜਾ ਉਹਨਾਂ ਦਾ ਮਨੋਰੰਜਕ ਸਟਾਈਲ ਹੈ, ਕਾਮੇਡੀ 'ਚ ਕਹਿ ਲਓ, ਸਿਆਸਤ ਵਿੱਚ ਕਹਿ ਲਓ, ਸਿਆਸਤ ਦੇ ਵਿੱਚ ਵੀ ਉਹ ਕਾਮੇਡੀ ਕਿਤੇ ਨਾ ਕਿਤੇ ਬਾੜਦੇ ਨੇ ਅਤੇ ਲੋਕ ਉਹਨਾਂ ਦੀ ਉਹ ਚੀਜ਼ਾਂ ਨੂੰ ਇੰਜੋਏ ਕਰਦੇ ਨੇ, ਐਂਟਰਟੇਨਮੈਂਟ ਦੇ ਲਈ ਬਹੁਤ ਵਧੀਆ ਹੈ, ਗੱਲਾਂ ਵੀ ਕਰਦੇ ਨੇ, ਚਰਚਾ ਵੀ ਕਰਦੇ ਨੇ। ਪਰ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਲੀਡਰ ਦੇ ਤੌਰ 'ਤੇ, ਇੱਕ ਮਾਸ ਲੀਡਰ ਦੇ ਤੌਰ ਦੇ ਉੱਤੇ ਮੰਨਣ ਦੀ ਗੱਲ ਆਉਂਦੀ ਹੈ, ਉੱਥੇ ਲੋਕਾਂ ਦੇ ਮਨਾਂ ਦੇ ਵਿੱਚ ਉਹੀ ਉਹਨਾਂ ਦੀ ਮਸਖਰੇਪਣ ਵਾਲੀ ਛਵੀ ਕਿਤੇ ਨਾ ਕਿਤੇ ਆ ਜਾਂਦੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਨੂੰ ਸੀਰੀਅਸ ਨਹੀਂ ਲੈਂਦੇ। ਬਿਲਕੁਲ ਕੋਮਲ ਸਾਹਿਬ, ਮੈਂ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਸਿੱਧੂ ਸਾਹਿਬ ਠੀਕ ਹੈ ਵੀ ਉਹ ਕਰਤਾਰਪੁਰ ਕਾਰੀਡੋਰ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਹੈਗੀ ਹੈ ਹਮਦਰਦੀ ਜਿਹੜੀ ਹੈਗੀ ਹੈ ਉਹ ਸਿੱਖਇਜ਼ਮ ਦੇ ਵਿੱਚ ਲਈ ਹੈ ਤਾਂ, ਲੇਕਿਨ ਪੰਜਾਬ ਦੇ ਵਿੱਚ ਜਿਹੜਾ ਵੀ ਮੁੱਖ ਮੰਤਰੀ ਬਣਨਾ ਉਹ ਸਿੱਖ ਚਿਹਰਾ ਹੀ ਬਣਦਾ। ਬਿਲਕੁਲ, ਜੇ ਹੁਣ ਮਾਲਵੇ ਦੀ ਗੱਲ ਕਰੀ ਤਾਂ ਮਾਲਵੇ ਦੇ ਵਿੱਚ ਢੀਂਡਸਾ ਨੇ ਇੱਕਦਮ ਕਿਨਾਰਾ ਕਰਨ ਦੇ ਜਿਹੜੇ ਸੰਕੇਤ ਦਿੱਤੇ ਨੇ, ਜਿਹੜੀਆਂ ਖਬਰਾਂ ਹੁਣ ਪਿੱਛੇ ਦੇ ਮੀਡੀਆ 'ਚ ਉਭਾਰੀਆਂ ਜਾ ਰਹੀਆਂ ਨੇ ਵੀ ਆਖਿਰ ਢੀਂਡਸਾ ਸਾਹਿਬ ਜਿਹੜੇ ਹੈਗੇ ਨੇ ਉਹ ਕਿਉਂ ਕਿਨਾਰਾ ਕਰ ਰਹੇ ਨੇ, ਢੀਂਡਸਾ ਸਾਹਿਬ ਦਾ ਬੇਟਾ ਪਰਮਿੰਦਰ ਕਿੱਧਰ ਜਾਵੇਗਾ, ਕਿ ਇਹ ਕੋਈ ਜ਼ਰੂਰੀ ਨਹੀਂ ਹੋ ਸਕਦਾ ਵੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਵਿੱਚੋਂ ਕੋਈ ਸਿਆਸਤ ਵੀ ਹੋ ਸਕਦੀ ਹੈ। ਕਿਉਂਕਿ ਬਾਦਲ ਸਾਹਿਬ ਖੁਦ ਇੱਕ ਸਿਆਣੇ ਨੇ, ਤੁਸੀਂ ਵੇਖਿਆ ਹੁਣ ਵੀ ਬਾਦਲ ਸਾਹਿਬ ਪਿਛਲੇ 2 ਸਾਲਾਂ ਤੋਂ ਸ਼ਾਂਤ ਨੇ, ਪਾਸ਼ ਪਾਸ਼ ਰਾਈਟਰ ਲਿਖਦਾ ਹੈ ਵੀ ਸਭ ਤੋਂ ਦੁਨੀਆ ਦਾ ਖਤਰਨਾਕ ਵਿਅਕਤੀ ਉਹ ਹੈ ਜੋ ਸ਼ਾਂਤ ਰਹਿੰਦਾ। ਦੇਖੋ ਸ਼ਾਂਤ ਇਸ ਕਰਕੇ ਨੇ, ਸ਼ਾਂਤ ਨਹੀਂ ਕਹਿ ਸਕਦੇ ਅਸੀਂ, ਉਹਨਾਂ ਦੀ ਕਾਰਗੁਜ਼ਾਰੀ ਥੋੜ੍ਹੀ ਜਿਹੀ ਫਿਜ਼ੀਕਲੀ ਤੌਰ ਦੇ ਉੱਤੇ ਢਿੱਲੀ ਕਹਿ ਸਕਦੇ ਅਸੀਂ, ਕਿਉਂਕਿ ਹੁਣ ਦੇਖ ਲਓ ਕਿ ਉਮਰ ਦੇ ਜਿਹੜੇ ਪੜਾਅ ਦੇ ਉੱਤੇ ਨੇ ਉੱਥੇ ਸਰੀਰ ਦੇ ਜਿਹੜੇ ਆਰਗਨ ਨੇ, ਅੰਗ ਨੇ, ਤੁਰਨਾ ਫਿਰਨਾ, ਉਹ ਜਵਾਨੀ ਪਹਿਰੇ ਜਿਹੜੀਆਂ ਮੱਲਾਂ ਮਾਰਦਾ ਬੰਦਾ ਇਸ ਉਮਰ ਵਿੱਚ ਉਹ ਨਹੀਂ ਬਚਦੀਆਂ। ਪਰ ਜਿਹੜਾ ਦਿਮਾਗ ਹੈ, ਦਿਮਾਗ ਬਿਕਰਮ ਜੀ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਦਾ ਦਿਮਾਗ ਕਿਤੇ ਨਾ ਕਿਤੇ ਤੇਜ਼ ਬਹੁਤ ਹੁੰਦਾ, ਤਜਰਬੇ ਹੁੰਦੇ ਨੇ ਜ਼ਿੰਦਗੀ ਦੇ, ਅਤੇ ਜਿਹੜੀਆਂ ਇਹ ਜੋੜ ਤੋੜ ਜਿਹੜੇ ਇਸ ਤਰ੍ਹਾਂ ਦੀਆਂ ਸਕੀਮਾਂ ਬਣਾਉਣੀਆਂ, ਹੋ ਸਕਦਾ ਕਿ ਬਾਦਲ ਸਾਹਿਬ ਵਿਹਲੇ ਬੈਠ ਕੇ, ਮਤਲਬ ਜਦੋਂ ਘਰ ਬੈਠਦੇ ਨੇ ਤੁਰਨ ਵਿਹਲੇ ਨਹੀਂ ਕਹਿ ਸਕਦੇ ਵੀ, ਜਦੋਂ ਤੁਰਨਾ ਫਿਰਨਾ ਨਹੀਂ ਤਾਂ ਉਦੋਂ ਦਿਮਾਗ ਉਹਨਾਂ ਦਾ ਤੁਰਨ ਫਿਰਨ ਦੀ ਸਪੀਡ ਨਾਲੋਂ ਵੀ ਤੇਜ਼ ਭੱਜਦਾ ਹੋਵੇ। ਬਿਲਕੁਲ ਜੀ ਬਿਲਕੁਲ। ਹੁਣ ਟਕਸਾਲੀਆਂ ਦੀ ਗੱਲ ਕਰੀਏ ਤਾਂ ਟਕਸਾਲੀਆਂ ਦਾ ਜਿਹੜਾ ਉਹਨਾਂ ਨੇ ਆਪਣਾ ਗਰਾਊਂਡ ਫਲੋਰ ਤਿਆਰ ਕਰ ਰਹੇ ਨੇ, ਮਾਝੇ ਵਿੱਚ ਸ਼੍ਰੋਮਣੀ ਅਕਾਲੀ ਦਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਜਿਹੜੇ ਮਾਝੇ ਦੇ ਵਿੱਚ ਬਹੁਤ ਹੀ ਡੂੰਘਾਈ ਦੇ ਵਿੱਚ ਸਨ ਤਾਂ ਕੁਛ ਜਿਹੜੇ ਹੈਗੇ ਨੇ ਜਥੇਦਾਰਾਂ ਨੇ ਨਾਰਾਜ਼ ਹੋ ਕੇ ਕਿਨਾਰਾ ਕਰ ਲਿਆ। ਲੇਕਿਨ ਮੈਂ ਸੋਚਦਾ ਕਿਤੇ ਨਾ ਕਿਤੇ ਉਹ ਜਿਹੜੇ ਉਮਰ ਤੋਂ ਵੱਧ ਹੋ ਚੁੱਕੇ ਨੇ, ਕੋਈ 80 ਸਾਲ ਦਾ, ਕੋਈ 82 ਦਾ, ਕੋਈ 75 ਸਾਲ ਦਾ, ਉਹ ਆਪਣੇ ਬੱਚਿਆਂ ਨੂੰ ਸਿਆਸੀ ਤੌਰ 'ਤੇ ਸੈਟਲ ਕਰਨ ਦੇ ਲਈ ਇਹ ਤੀਜੇ ਮੋਰਚੇ ਦਾ ਰੁੱਖ ਅਖਤਿਆਰ ਜਿਹੜਾ ਹੈਗਾ ਉਹ ਕਰ ਰਹੇ ਨੇ। ਦੇਖੋ ਗੱਲ ਬੜੀ ਤੁਹਾਡੀ ਬਹੁਤ ਵਧੀਆ, ਕਿਸੇ ਸ਼ਾਇਰ ਦੀਆਂ ਲਾਈਨਾਂ ਮੇਰੇ ਯਾਦ ਆ ਰਹੀਆਂ ਨੇ ਕਿ ਚਿੱਟੀ ਟੋਪੀ ਹਾਂਜੀ, ਲਾਲ ਕੁੜਤਾ, ਉੱਤੋਂ ਪਾਲੀ ਜਾਕਟ, ਜਦੋਂ ਸਿਆਸੀ ਟੀਕਾ ਲੱਗਦਾ ਬੰਦਾ ਬਣਦਾ ਰਾਕਟ। ਜਿਹੜੀ ਸਿਆਸਤ ਹੈ ਨਾ ਜੀ, ਇਹ ਸਿਆਸਤ ਇੱਕ ਬਹੁਤ ਜ਼ਬਰਦਸਤ ਟੋਨਿਕ ਹੈ, ਮੁਰਦੇ ਵਿੱਚ ਜਾਨ ਪਾ ਦਿੰਦੀ ਹੈ। ਰਾਜਸੀ ਜਿਹੜੀ ਪਾਵਰ ਹੈ ਨਾ, ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਜ਼ੁਰਗ ਹੋ ਗਿਆ ਆਦਮੀ। ਦੇਖੋ ਗੱਲ ਇਹ ਹੈ ਕਿ ਬੁਢਾਪੇ ਦੇ ਵਿੱਚ ਸਿਆਸਤ ਹੈ ਜਿਹੜੀ, ਇਹ ਕੀਤੀ ਜਾ ਸਕਦੀ ਹੈ। ਅੱਜ ਕੱਲ੍ਹ ਤਾਂ ਅਸੀਂ ਗੱਲ ਕਰੀਏ, ਬਹੁਤ ਸਾਰੇ ਇਹੋ ਜਿਹੇ ਟੋਨਿਕ ਨੇ, ਬੜੀਆਂ ਦਵਾਈਆਂ ਨੇ, ਹੈ ਨਾ, ਬੜੇ ਕੁਸ਼ਤੇ ਨੇ ਜਿਨ੍ਹਾਂ ਨੂੰ ਖਾ ਪੀ ਕੇ ਬੰਦਾ ਜਿਸਮਾਨੀ ਤੌਰ ਦੇ ਉੱਤੇ ਸਿਹਤਮੰਦ ਹੋ ਜਾਂਦਾ, ਤਕੜਾ ਹੋ ਜਾਂਦਾ। ਅਤੇ ਬੁਢਾਪੇ ਦਾ ਸਿਆਸਤ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਬੰਦਾ ਕਹਿੰਦੇ ਨਾ ਕਿ ਬੁਢਾਪੇ ਦੇ ਵਿੱਚ ਰਿਟਾਇਰ ਹੋ ਜਾਣਾ ਚਾਹੀਦਾ ਸਿਆਸੀ ਲੋਕਾਂ ਨੂੰ। ਸਿਆਸਤ ਹੈ ਨਾ ਜਿਹੜੀ, ਇਹਦੀ ਸਮਝ ਹੀ ਬੁਢਾਪੇ ਦੇ ਵਿੱਚ ਆਉਂਦੀ ਹੈ। ਸਿਆਸਤ ਹੈ ਜਿਹੜੀ, ਜੇ ਦੇਖਿਆ ਜਾਵੇ ਜਿਹੜੇ ਤਜ਼ਰਬੇ ਨੇ ਜ਼ਿੰਦਗੀ ਦੇ, ਜੇ ਉਹਨਾਂ ਨੂੰ ਸਿਆਸੀ ਬੰਦੇ ਸਹੀ ਅਰਥਾਂ ਦੇ ਵਿੱਚ ਉਹਨਾਂ ਐਕਸਪੀਰੀਅੰਸ ਨੂੰ ਆਪਣੀ ਉਸ ਉਮਰ ਦੇ ਪੜਾਅ ਦੇ ਉੱਤੇ ਲੋਕਾਂ ਦੀ ਵੈਲਫੇਅਰ ਦੇ ਲਈ, ਲੋਕਾਂ ਦੇ ਕਲਿਆਣ ਦੇ ਲਈ ਯੂਜ਼ ਕਰਨ, ਤਾਂ ਉਸ ਤੋਂ ਵਧੀਆ ਅਕਸੀਰ ਕੋਈ ਨਹੀਂ ਹੋ ਸਕਦੀ। ਪਰ ਜਦੋਂ ਉਹੀ ਚੀਜ਼ ਸ਼ਰਾਰਤਾਂ ਦੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆ ਜਾਂਦੀ ਹੈ, ਆਪਣੇ ਆਪ ਨੂੰ ਸਰਵਾਈਵ ਕਰਨ ਦੇ ਲਈ ਲੋਕ ਹਿੱਤਾਂ ਨੂੰ ਪਰੇ ਰੱਖ ਦਿੱਤਾ ਜਾਂਦਾ, ਅਤੇ ਉੱਥੇ ਫਿਰ ਸਿਆਸਤ ਬੁਢਾਪੇ ਵਿੱਚ ਖਤਰਨਾਕ ਸਿੱਧ ਹੋ ਜਾਂਦੀ। ਬਿਲਕੁਲ, ਮੈਂ ਇੱਥੇ ਜਿਹੜੀ ਤੁਸੀਂ ਗੱਲ ਕੀਤੀ ਵੀ ਜਿਹੜੀ ਸਿਆਸਤ ਹੈ ਉਹ ਬੁਢਾਪੇ ਵਿੱਚ ਜ਼ਿਆਦਾ ਹੋਰ ਵੀ ਕਲਰਫੁੱਲ ਹੋ ਜਾਂਦੀ ਹੈ। ਦੇਖੋ 2 ਸਾਲ ਲਗਾਤਾਰ 2 ਟਰਮਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ ਹੈ। ਜੀ, ਅਗਰ ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਆਪਣੇ ਬੇਟੇ ਨੂੰ ਮੁੱਖ ਮੰਤਰੀ ਬਣਾ ਸਕਦੇ ਸਨ, ਕਿਉਂਕਿ ਉਹ ਪ੍ਰਧਾਨ ਬਣਾਉਣ ਦੇ ਵਿੱਚ ਕਾਮਯਾਬ ਰਹੇ ਤਾਂ ਉਹਨੂੰ ਸਟੈਂਡ ਕਰਨ ਦੇ ਵਿੱਚ ਕਾਮਯਾਬ ਰਹੇ। ਅੱਜ ਸੀਐਮ ਤਾਂ ਬਣਾ ਦਿੱਤਾ ਗਿਆ ਸੀ, ਉਹਨਾਂ ਨੇ ਸੀਐਮ ਕਿਉਂ ਨਹੀਂ ਬਣਾਇਆ? ਕਿਉਂਕਿ ਉਹਨਾਂ ਦੀ ਵੀ ਜਿਹੜੀ ਅਗਲੀ ਰਣਨੀਤੀ ਹੈ, ਭਵਿੱਖ ਦੀ ਰਣਨੀਤੀ ਬਾਦਲ ਸਾਹਿਬ ਦੀ ਦੂਰਦੇਸ਼ੀ, ਮੈਨੂੰ ਲੱਗਦਾ ਬਹੁਤ ਲੰਬੀ ਹੈ ਵੀ 2022 ਦੇ ਇਲੈਕਸ਼ਨ ਨੂੰ ਲੈ ਕੇ ਹੋ ਸਕਦਾ ਵੀ ਕੀ ਜਿਹੜੀ ਹੈਗੀ ਹੈ ਇੱਕ ਨਵੀਂ ਰਣਨੀਤੀ ਜਿਹੜੀ ਬਣਾਈ ਜਾ ਰਹੀ, ਕਿਉਂਕਿ ਪੰਜਾਬ ਦਾ ਜਿਹੜਾ ਚੋਣ ਮੈਦਾਨ ਹੈ 2022 ਦੇ ਵਿੱਚ ਬੜਾ ਭਿਆਨਕ ਜਿਹਾ। 22 ਦੇ ਵਿੱਚ ਵੀ 3 ਸਾਲ ਰਹਿ ਕੇ ਬਾਬਾ ਭਲੀ ਕਰੇ, ਅਤੇ ਬਾਦਲ ਸਾਹਿਬ ਦੇ ਜਿਹੜੇ ਸਾਹਾਂ ਦੀ ਡੋਰ ਨੂੰ ਪਰਮਾਤਮਾ ਹੋਰ ਵੀ ਲੰਬਾ ਕਰੇ ਅਤੇ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ, ਅਤੇ 2022 ਵੀ ਨੇੜੇ ਹੀ ਹੈ, 3 ਸਾਲ ਦਾ ਵਕਫਾ ਹੈ,
ਹੁਣ ਦੇਖਦੇ ਹਾਂ ਕਿ ਰਣਨੀਤੀ ਕੀ ਅਡੋਪਟ ਕਰ ਰਹੇ ਨੇ ਬਾਦਲ ਸਾਹਿਬ। ਜੇ ਅਸੀਂ ਗੱਲ ਕਰੀਏ ਕਿ ਅਕਾਲੀ ਦਲ ਦੇ ਰਣਨੀਤੀ ਘਾੜੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਬਿਲਕੁਲ ਜੀ ਕੁੰਮਰ ਸਾਹਿਬ ਜੀ, ਮੈਂ ਗੱਲ ਕਰਾਂ ਵੀ ਸੋਸ਼ਲ ਮੀਡੀਆ 'ਤੇ ਜੀ, ਤਾਂ ਅੱਜ ਵੀ ਮੈਂ ਜੇ ਸੋਸ਼ਲ ਮੀਡੀਆ ਨੂੰ ਵਾਚ ਕਰਦਾ ਤਾਂ ਅਕਾਲੀ ਦਲ ਤਗੜਾ ਜੀ। ਉਹ ਬਹੁਤ ਸਾਰੀਆਂ ਗੱਲਾਂ ਨੇ, ਹੁਣ ਮੈਂ ਪਿੱਛੇ ਜੇ ਸੋਸ਼ਲ ਮੀਡੀਆ 'ਤੇ ਦੇਖਿਆ ਤਾਂ ਉਹਨਾਂ ਨੇ ਬੀਰ ਦਵਿੰਦਰ ਦੇ ਬਾਰੇ ਬੜਾ ਡਿਟੇਲ ਵਿੱਚ ਪਾਇਆ ਜੀ, ਇਹ ਤਾਂ ਸ਼ੁਰੂ ਤੋਂ ਕਾਂਗਰਸ 'ਚ ਰਿਹਾ, ਅੱਜ ਆਪਣੇ ਆਪ ਨੂੰ ਟਕਸਾਲੀ ਕਿੱਦਾਂ ਬਣ ਗਿਆ, ਤਾਂ ਇੱਦਾਂ ਹੀ ਉਹ ਢੀਂਡਸਾ ਬਾਰੇ ਜਿਹੜੀਆਂ ਪੋਸਟਾਂ ਪਾਈਆਂ ਜਾ ਰਹੀਆਂ ਨੇ, ਤਾਂ ਕਿਤੇ ਨਾ ਕਿਤੇ ਉਹ ਜਿਹੜੀਆਂ ਪੋਸਟਾਂ ਨੇ ਸੋਸ਼ਲ ਮੀਡੀਆ ਕਿਤੇ ਨਾ ਕਿਤੇ ਪ੍ਰਭਾਵਿਤ ਜਿਹੜਾ ਹੈਗਾ ਕਰ ਰਿਹਾ, ਅਕਾਲੀ ਦਲ ਨੂੰ ਕਿਤੇ ਨਾ ਕਿਤੇ ਮਜ਼ਬੂਤ ਜਿਹੜਾ ਹੈਗਾ ਉਹ ਕਰਦਾ ਨਜ਼ਰ ਆ ਰਿਹਾ। ਦੇਖੋ ਅਕਾਲੀ ਦਲ ਨੂੰ ਮਜ਼ਬੂਤ ਕਰੇ ਨਾ ਕਰੇ, ਦੈਟ ਇਜ਼ ਸੈਪਰੇਟ ਥਿੰਗ, ਇਹ ਤਾਂ ਗੱਲਾਂ ਗਰਾਊਂਡ ਲੈਵਲ ਦੇ ਉੱਤੇ ਜਦੋਂ ਆਪਾਂ ਜਾਂਦੇ ਹਾਂ। ਪਟਿਆਲੇ ਦੇ ਵਿੱਚ ਵੀ ਕਾਂਗਰਸ ਦੀ ਹਾਲਤ ਬਹੁਤ ਮਾੜੀ ਨਹੀਂ ਅਸੀਂ ਕਹਿ ਸਕਦੇ, ਜਦਕਿ ਜੇ ਅਸੀਂ ਨਜ਼ਰ ਮਾਰੀਏ ਸੁਰਜੀਤ ਸਿੰਘ ਰੱਖੜਾ ਦੀ ਕਾਰਗੁਜ਼ਾਰੀਆਂ ਬਾਰੇ, ਉਹਨਾਂ ਦੇ ਏਰੀਏ ਬਾਰੇ, ਇਲਾਕੇ ਬਾਰੇ, ਉਹਨਾਂ ਦੇ ਕੰਮਾਂ ਬਾਰੇ, ਤਾਂ ਸੁਰਜੀਤ ਸਿੰਘ ਰੱਖੜਾ ਇੰਨੇ ਕੋਈ ਜ਼ਿਆਦਾ ਇਸ ਵੇਲੇ ਪਾਵਰ ਵਿੱਚ ਸਿਆਸੀ ਤੌਰ ਦੇ ਉੱਤੇ ਪਾਵਰਫੁੱਲ ਲੀਡਰ ਨਹੀਂ ਲੱਗਦੇ। ਜਦਕਿ ਆ ਪਿੱਛੇ ਜੇ ਤੁਸੀਂ ਦੇਖੋ, ਪਰ ਇੱਕ ਗੱਲ ਜ਼ਰੂਰ ਹੈ ਕਿ ਇਹਨਾਂ ਦੀ ਚਰਚਾ ਮੀਡੀਆ ਦੇ ਵਿੱਚ ਕਿਵੇਂ ਕਰਨੀ ਹੈ, ਇਹਦਾ ਤਰੀਕਾ ਕਿਤੇ ਨਾ ਕਿਤੇ ਸੁਖਬੀਰ ਬਾਦਲ ਨੂੰ ਆਉਂਦਾ। ਹੁਣ ਦੇਖੋ ਪਿੱਛੇ ਜਿਹੇ ਸੁਖਬੀਰ ਬਾਦਲ ਨੇ ਇੱਥੇ ਇੱਕ ਬਿਆਨ ਦਾਗਿਆ ਬੜਾ ਵਧੀਆ ਦਿਮਾਗ 'ਚੋਂ, ਤੁਸੀਂ ਦੇਖੋ ਉਹਨਾਂ ਨੇ ਕਿਹਾ ਕਿ ਘਨੌਰ ਦੇ ਏਰੀਏ ਦੇ ਵਿੱਚ ਮਾਈਨਿੰਗ ਦੇ ਨਾਲ ਇੰਨੇ ਕੁ ਖੱਡੇ ਪੱਟ ਦਿੱਤੇ ਨੇ ਠੇਕੇਦਾਰ ਹੋ ਰਿਹਾ ਨੇ ਕਿ ਉਹ ਖੱਡਿਆਂ ਦੇ ਰਾਹੀਂ ਤੁਸੀਂ ਅਮਰੀਕਾ ਪਹੁੰਚ ਸਕਦੇ ਹੋ। ਉਹ ਕਹਿੰਦੇ ਨੇ ਨਾ ਕਿ ਧਰਤੀ ਗੋਲ ਹੈ, ਵੀ ਜੇ ਉਹਨੂੰ ਧਰਤੀ ਨੂੰ ਡੂੰਘਾ, ਪੁਰਾਣੇ ਬਜ਼ੁਰਗ ਕਹਿੰਦੇ ਨੇ ਕਿ ਪੱਟਣਾ ਸ਼ੁਰੂ ਕਰ ਦਿਉ ਤਾਂ ਦੂਜੇ ਕਿਨਾਰੇ ਦੇ ਉੱਤੇ ਅਮਰੀਕਾ ਨਿਕਲੇਗਾ। ਹਾਲਾਂਕਿ ਇਹ ਗੱਲ ਮਜ਼ਾਕ ਦੀ ਹੈ, ਰਸਤੇ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਕ ਆਉਂਦੇ ਨੇ, ਖਣਿਜ ਪਦਾਰਥ ਆਉਂਦੇ ਨੇ, ਲਾਵਾ ਆਉਂਦਾ ਹੈ ਨਾ, ਪਰ ਜਿਹੜੀ ਉਹਨੇ ਮਜ਼ਾਕ ਦੇ ਵਿੱਚ ਗੱਲ ਕਹੀ ਕਿ ਟੋਏ ਇੰਨੇ ਡੂੰਘੇ ਪੱਟ ਦਿੱਤੇ ਗਏ ਕਿ ਉਹਨਾਂ ਟੋਇਆਂ ਰਾਹੀਂ ਅਮਰੀਕਾ ਪਹੁੰਚ ਸਕਦਾ ਬੰਦਾ, ਤਾਂ ਇਹ ਕਿਤੇ ਨਾ ਕਿਤੇ ਇਹ ਮੀਡੀਆ ਦਾ, ਸੋਸ਼ਲ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਲਈ ਇਸ ਤਰ੍ਹਾਂ ਦੀਆਂ ਕਰ ਜਾਂਦੇ ਨੇ, ਜਿਹਦੇ ਨਾਲ ਇਹਨਾਂ ਨੂੰ ਮਸ਼ਹੂਰੀ ਮਿਲ ਜਾਂਦੀ ਹੈ। ਕੁੰਮਰ ਸਾਹਿਬ ਜਿੱਦਾਂ ਤੁਸੀਂ ਪਟਿਆਲਾ ਦੀ ਗੱਲ ਕੀਤੀ, ਪਟਿਆਲਾ ਜ਼ਿਲ੍ਹੇ ਦੀ ਮੈਂ ਪੁਰਾਣੀ ਗੱਲ ਕਰਾਂ, ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਗੁਰਚਰਨ ਸਿੰਘ ਟੌੜਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਸ਼ਖਸੀਅਤ ਰਹੇ ਨੇ, ਪਟਿਆਲਾ ਜ਼ਿਲ੍ਹਾ ਦੇ ਵਿੱਚ ਲੋਕ ਸਭਾ ਹਲਕਾ ਦੇ ਵਿੱਚ ਉਹਨਾਂ ਦਾ ਦਬਦਬਾ ਰਿਹਾ। ਉਸ ਤੋਂ ਬਾਅਦ ਗੱਲ ਕਰਾਂ ਕੈਪਟਨ ਕਮਲਜੀਤ ਸਿੰਘ ਜੀ, ਉਹਨਾਂ ਦਾ ਵੀ ਆਪਣਾ ਅਸਰ ਸੁੱਕ ਬਹੁਤ ਰਿਹਾ, ਤਾਂ ਉਹਨਾਂ ਦੀ ਜਾਣ ਤੋਂ ਬਾਅਦ ਜੇ ਆਪਾਂ ਹੁਣ ਪਟਿਆਲਾ ਦੀਆਂ ਮੈਂ 8 ਵਿਧਾਨ ਸਭਾ ਹਲਕਿਆਂ ਦੀ ਗੱਲ ਕਰਾਂ, ਜੇ ਛਤਰਾਣੇ ਦੀ ਗੱਲ ਕਰਾਂ ਤਾਂ ਛਤਰਾਣੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਚੰਗਾ ਲੀਡਰ ਨਹੀਂ ਮਿਲਿਆ, ਕੋਈ ਬਾਹਰੋਂ ਲਿਆ ਕੇ ਪੈਰਾਸ਼ੂਟ ਰਾਹੀਂ ਤਾਰਿਆ ਗਿਆ। ਸਮਾਣੇ ਦੀ ਗੱਲ ਕਰੀਏ, ਸਾਡੇ ਸਮਾਣੇ ਵਿੱਚ ਸੁਰਜੀਤ ਸਿੰਘ ਰੱਖੜਾ ਜਿਹਨੇ ਇਲੈਕਸ਼ਨ ਲੜਿਆ, ਜੇ ਮੈਂ ਗੱਲ ਕਰਾਂ ਨਾਭੇ ਦੀ ਰਾਜਾ ਨਰਿੰਦਰ ਸੀ, ਉਸ ਤੋਂ ਜਾਣ ਤੋਂ ਬਾਅਦ ਉੱਥੇ ਵੀ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਨਹੀਂ, ਅਤੇ ਅੱਜ ਕਬੀਰ ਦਾਸ ਨੂੰ ਜਿਹੜਾ ਹੈਗਾ ਉਹ ਸੀਟ ਦੀ ਨੁਮਾਇੰਦਗੀ ਦੇਣ ਲਈ ਉੱਥੇ ਜਿਹੜਾ ਭੇਜਿਆ। ਇੱਦਾਂ ਹੀ ਮੈਂ ਗੱਲ ਕਰਾਂ ਜੇ ਸਨੌਰ ਦੀ, ਤਾਂ ਸਨੌਰ ਦੇ ਵਿੱਚ ਠੀਕ ਹੈ ਵੀ ਚੰਦੂ ਮਾਜਰਾ ਜੀ ਇੱਕ ਦੂਰਦੇਸ਼ੀ ਵਾਲੇ ਸਨ, ਉਹਨਾਂ ਨੇ ਨਹੀਂ, ਹੈਰੀਮਾਨ ਦਾ ਵੀ ਉੱਥੇ ਚੰਗਾ ਚੱਲ ਰਿਹਾ, ਹੈਰੀਮਾਨ ਸਾਹਿਬ ਨੇ ਬਹੁਤ ਵਧੀਆ ਉੱਥੇ ਜਿਹੜੀ ਹੈਗੀ ਕਮਾਂਡ ਸਾਂਭੀ ਹੈ, ਹੈਰੀਮਾਨ ਨੇ ਕਾਫੀ ਦਬਦਬਾ ਵੀ ਹੈ, ਫਾਈਟ ਵੀ ਦਿੱਤੀ ਉਹਨੇ ਅਕਾਲੀਆਂ ਨੂੰ। ਅੱਗੇ ਰਹੀ ਗੱਲ ਕਰੀਏ ਆਪਾਂ ਘਨੌਰ ਦੀ, ਇੱਥੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਹੈਗੀ ਅਗਲਾ ਜਿਹੜੀ ਇਲੈਕਸ਼ਨ ਹੈ 2022 ਦੀ, ਉਹ ਤਾਂ ਉਹਨਾਂ ਦੀ ਵੀ ਨਿਸ਼ਾਨਦੇਹੀ ਕਰਨੀ ਹੈ। ਅਤੇ ਡੇਰਾਬੱਸੀ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ, ਮਤਲਬ ਜੇ ਆਪਾਂ ਕਹਿ ਦਈਏ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸੋਲਿਡ ਜਿਹੜਾ ਹੈਗਾ ਲੀਡਰ ਇਸ ਟਾਈਮ ਜਿਹੜਾ ਹੈਗਾ ਨਹੀਂ ਪਿਆ, ਵੰਡੀਆਂ ਜੀਆਂ ਪਈਆਂ ਹੋਈਆਂ ਨੇ, ਹੋ ਸਕਦਾ ਭਵਿੱਖ ਦੇ ਵਿੱਚ ਕਿਤੇ ਨਾ ਕਿਤੇ ਆ ਕੇ ਇੱਕ ਮੰਚ 'ਤੇ ਇਕੱਠੇ ਹੋ ਸਕਦੇ। ਹਾਂ, ਪਰ ਪਟਿਆਲੇ ਦੇ ਵਿੱਚ, ਪਟਿਆਲਾ ਡਿਸਟ੍ਰਿਕਟ ਦੀ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਜੀ ਦੀ ਕਰਮ ਭੂਮੀ ਵੀ ਹੈ, ਇਹਨਾਂ ਦਾ ਹਲਕਾ ਵੀ ਹੈ, ਇੱਥੇ ਸੀਐਮ ਦੀ ਪੂਰੀ ਕਮਾਂਡ ਹੈ। ਤੁਸੀਂ ਵੇਖਿਆ ਹੋਊਗਾ ਕਿ ਪਿੱਛੇ ਜੇ 3-4 ਜਿਹੜੇ MLA ਬਾਗੀ ਹੋ ਗਏ ਸੀ, ਅਤੇ ਉਹਨਾਂ ਨੂੰ ਇਹ ਸੀ ਕਿ ਪਤਾ ਨਹੀਂ ਕਿੰਨਾ ਕੁ ਅਸੀਂ ਜ਼ਬਰਦਸਤ ਤੂਫਾਨ ਲਿਆ ਦੇਵਾਂਗੇ ਅਕਾਲੀ ਦਲ ਆਪਣੇ ਕਾਂਗਰਸ ਦੀ ਰਾਜਨੀਤੀ ਦੇ ਵਿੱਚ। ਬਿਲਕੁਲ, ਲੋਕਾਂ ਦੀ ਨਜ਼ਰਾਂ ਸੀਐਮ ਹਲਕੇ ਤੇ ਬਿਲਕੁਲ ਲੱਗੀਆਂ ਸੀ, ਇੱਕ ਤਰ੍ਹਾਂ ਨਾਲ ਮੁੱਖ ਮੰਤਰੀ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੁੱਖ ਮੰਤਰੀ ਨੇ ਆਈ ਡੈਮ ਕੇਅਰ, ਇੱਕ ਅੰਗਰੇਜ਼ੀ ਦੀ ਉਹ ਕਹਾਵਤ ਹੈ ਨਾ, ਅਤੇ ਉਹਨਾਂ ਨੇ ਬਿਲਕੁਲ ਵੀ ਇਹਨਾਂ ਦਾ ਨੋਟਿਸ ਨਹੀਂ ਲਿਆ, ਔਰ ਉਹਨਾਂ ਦੀ ਕਮਾਂਡ ਇੱਥੋਂ ਪਤਾ ਲੱਗੀ ਕਿ ਥੋੜ੍ਹੇ ਦਿਨਾਂ ਬਾਅਦ ਹੀ ਇਹ ਸਾਰੇ ਲੀਡਰ ਉਹ ਝੱਗ ਵਾਂਗ, ਕੀ ਕਹਿੰਦੇ ਹੁੰਦੇ ਨੇ, ਅਸੀਂ ਸ਼ਬਦ ਯੂਜ਼ ਕਰਾਂਗੇ ਕਿ ਬੀਅਰ ਦੀ ਝੱਗ ਵਾਂਗ ਥੱਲੇ ਬੈਠ ਗਏ। ਬਿਲਕੁਲ ਜੀ, ਮੈਨੂੰ ਲੱਗਦਾ ਸ਼ਾਇਦ ਉਸ ਤੋਂ ਬਾਅਦ ਕੋਈ ਬਿਆਨ ਵੀ ਇੱਦਾਂ ਦਾ ਅਖਬਾਰਾਂ ਦੇ ਵਿੱਚ, ਹਲਕੀ ਦੀ ਬਿਆਨਾਂ ਦੀ ਬਰਸਾਤ ਮੈਨੂੰ ਲੱਗਦਾ ਸ਼ਾਇਦ ਬੰਦ ਹੋ ਗਈ ਸੀ। ਹਾਂ, ਬੰਦ ਹੋ ਗਈ, ਬਸ ਬਾਅਦ 'ਚ ਛੁਟਕੇ ਮੁੜਕੇ ਜੇ ਫਿਰ ਉਹੀ ਵਫਾਦਾਰ ਸਿਪਾਹੀ ਕੈਪਟਨ ਸਾਹਿਬ, ਸਾਡੇ ਬਾਪ ਨੇ, ਪਿਓ ਨੇ, ਫਲਾਣਾ ਟਮਕਾਣਾ, ਉੱਥੇ ਉਤਰੇ। ਇਸ ਕਰਕੇ ਅਸੀਂ ਕਹਿ ਸਕਦੇ ਕਿ ਕਾਂਗਰਸ ਦਾ ਆਪਣੇ ਏਰੀਏ ਦੇ ਵਿੱਚ ਕੈਪਟਨ ਸਾਹਿਬ ਦਾ ਦਬਦਬਾ ਪੂਰਾ ਹੈ। ਅਤੇ ਉਸ ਤੋਂ ਬਾਅਦ ਆ ਜਿਹੜਾ ਤੁਹਾਡਾ ਲੁਧਿਆਣੇ ਵਾਲਾ ਜਿਹੜਾ ਕੇਸ ਸੀ, ਇਹਦੇ ਵਿੱਚੋਂ ਬਰੀ ਹੋਣ ਤੋਂ ਬਾਅਦ ਤਾਂ ਕੈਪਟਨ ਸਾਹਿਬ ਹੋਰ ਵੀ ਮਜ਼ਬੂਤ ਹੋ ਗਏ ਨੇ ਪੰਜਾਬ ਦੀ ਸਿਆਸਤ ਦੇ ਵਿੱਚ। ਬਿਲਕੁਲ, ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਤੁਹਾਡੀ, ਕਿਉਂਕਿ ਇਸ ਟਾਈਮ ਜਿਹੜਾ ਪੰਜਾਬ ਦਾ ਜਿਹੜਾ ਮੌਜੂਦਾ ਜੋ ਹਾਲਾਤ ਨੇ ਪੰਜਾਬ ਦੇ, ਆਪਾਂ ਗੱਲ ਕਰੀਏ ਨਸ਼ਿਆਂ ਦਾ ਮੁੱਦਾ ਬਹੁਤ ਜ਼ਿਆਦਾ ਹੈਵੀ ਹੈ, ਜੇ ਆਪਾਂ ਗੱਲ ਕਰੀਏ ਪੁਰਾਣੀ ਰੇਤਾ ਬਜਰੀ ਖੱਡ ਦੀ, ਉਹੀ ਪੁਰਾਣੀਆਂ ਗੱਲਾਂ ਨਹੀਂ, ਨਸ਼ਿਆਂ ਨੇ, ਨਸ਼ਿਆਂ ਦਾ, ਗੈਂਗਸਟਰਾਂ ਦੀ ਗੱਲ ਕਰੀਏ ਤਾਂ ਗੈਂਗਸਟਰ ਪਹਿਲਾਂ ਵੀ ਸਨ, ਹੁਣ ਵੀ ਨੇ, ਭਾਵੇਂ ਉਹ ਜੇਲ੍ਹਾਂ ਵਿੱਚ ਵੀ
ਤਾਂ ਆਪਾਂ ਮਲੋੜ ਦੀ ਗੱਲ ਕਰੀਏ ਤਾਂ ਜੱਗੂ ਭਗਵਾਨ ਪੁਰੀਏ ਨੇ ਆਪਣੇ ਵਕੀਲ ਦੇ ਥਰੂ ਦੱਸਿਆ ਮੈਨੂੰ ਜਾਨ ਮਾਲ ਦਾ ਖਤਰਾ ਹੈ। ਕਿਤੇ ਇਹ ਇੱਕ ਦੂਜੇ ਤੇ ਇੱਕ ਦੋਸ਼ ਲਾ ਕੇ ਇੱਕ ਮਤਲਬ ਵੀ ਇੱਕ ਸਿਆਸਤ ਜਿਹੜੀ ਹੈਗੀ ਹੈ ਭਖਾਈ ਜਾ ਰਹੀ ਹੈ। ਦੇਖੋ ਹੁਣ ਕਿਸੇ ਦੀ ਕਿਸੇ ਨਾਲ ਫੋਟੋ ਰਿਲੀਜ਼ ਕਰਤੀ, ਕਿਸੇ ਗੈਂਗਸਟਰ ਦੀ। ਦੇਖੋ ਗੱਲ ਇਹ ਹੈ ਕਿ ਪੋਲੀਟੀਕਲ ਬੰਦੇ ਜਿਹੜੇ ਇਹ ਇੱਕ ਜਨਤਕ ਫਿਗਰ ਹੁੰਦੀ ਹੈ, ਇਹਨਾਂ ਨੇ ਲੋਕਾਂ ਦੇ ਵਿੱਚ ਵਿਚਰਨਾ ਹੁੰਦਾ ਹੈ ਅਤੇ ਇਹਨਾਂ ਦਾ ਧਿਆਨ ਇਸ ਗੱਲ ਵੱਲ ਨਹੀਂ ਹੁੰਦਾ ਕਿ ਮੇਰੇ ਸੱਜੇ ਕੌਣ ਹੈ, ਖੱਬੇ ਕੌਣ ਹੈ, ਪਿੱਠ ਪਿੱਛੇ ਕੌਣ ਹੈ। ਮੇਰੇ ਯਾਦ ਆ ਗਿਆ ਇੱਕ ਵਾਰੀ ਬੀਬਾ ਹਰਸਿਮਰਤ ਕੌਰ ਬਾਦਲ ਪਟਿਆਲੇ ਦੇ ਵਿੱਚ ਨੀਮ ਰਾਣਾ ਹੋਟਲ ਦੇ ਵਿੱਚ ਇੱਕ ਮਹਿਲਾਵਾਂ ਦੇ ਇੱਕ ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਆਏ। ਉੱਥੇ ਇੱਕ ਇੱਥੋਂ ਦੇ ਜਿਹੜੇ ਆਪਣੇ ਆਪ ਨੂੰ ਸਿਆਣਾ ਸੂਝਵਾਨ ਸਮਝਦੇ ਬੁੱਧੀਜੀਵੀ ਪੱਤਰਕਾਰ ਨੇ ਅਤੇ ਉਹ ਆਪਣੀ ਅਲਪ ਬੁੱਧੀ ਦੇ ਨਾਲ ਉਹਨਾਂ ਨੇ ਇੱਕ ਸਵਾਲ ਇਹੀ ਪੁੱਛਿਆ ਕਿ ਜੀ ਤੁਹਾਡੇ ਪਿਛਲੇ ਪਾਸੇ ਜੀ ਫੋਟੋ ਜਾਰੀ ਹੋਈ ਹੈ, ਫਲਾਣਾ ਬੰਦਾ ਖੜਾ ਸੀਗਾ ਅਤੇ ਉਹ ਕਿਵੇਂ ਖੜਾ ਸੀ? ਉਹ ਕਹਿੰਦੇ ਮੈਨੂੰ ਕੀ ਪਤਾ, ਮੈਨੂੰ ਤਾਂ ਇਹ ਵੀ ਨਹੀਂ ਪਤਾ ਮੂਹਰੇ ਕੌਣ ਕੌਣ ਬੈਠਾ, ਮੈਨੂੰ ਕਿਹੜਾ ਤੁਹਾਡੇ ਨਾਂ ਪਤਾ ਨਹੀਂ। ਕੋਮਲ ਸਾਹਿਬ ਲੀਡਰ ਹਾਜ਼ਰ ਜਵਾਬ ਹੁੰਦੇ ਅਤੇ ਉਹ ਕਹਿੰਦੇ ਵੀ ਮੈਂ ਕਿਹੜਾ ਪਿੱਛੇ ਦੇਖਦੀ ਹਾਂ ਅਤੇ ਮੈਂ ਕਿਹੜਾ ਇਹ ਕਹਿੰਦੀ ਹਾਂ ਵੀ ਪਿੱਛੇ ਲੀਡਰ ਆਉਂਦੇ ਨੇ, ਪੂਰੇ ਝੁੰਡ ਦੇ ਵਿੱਚ ਆਉਂਦੇ ਨੇ, ਆਪਣੇ ਬੈਠਦੇ ਨੇ, ਪ੍ਰੈਸ ਕਾਨਫਰੰਸ ਅਟੈਂਡ ਕਰਦੇ ਨੇ, ਚਲੇ ਜਾਂਦੇ ਨੇ। ਉਹਨਾਂ ਨੇ ਕਿਹੜਾ ਇਹ ਦੇਖਣਾ ਹੁੰਦਾ ਕਿ ਫਲਾਣਾ ਬੰਦਾ ਗਿਆ, ਟਮਕਾਣਾ ਕਿੱਧਰ ਗਏ? ਹੁਣ ਦੇਖੋ ਨਵਜੋਤ ਸਿੰਘ ਸਿੱਧੂ ਇੱਕ ਸਿਆਸੀ ਲੀਡਰ ਨੇ, ਪਾਕਿਸਤਾਨ ਗਏ ਅਤੇ ਪਾਕਿਸਤਾਨ ਗਏ ਅਤੇ ਉੱਥੇ ਗੋਪਾਲ ਸਿੰਘ ਚਾਵਲਾ ਨੇ ਵਿਚਾਲੇ ਗਰਦਨ ਫਸਾ ਕੇ ਫੋਟੋ ਖਿਚਾ ਲਈ। ਇਹਦਾ ਮਤਲਬ ਇਹ ਤਾਂ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੇ ਜੱਫੀ ਪਾ ਕੇ ਉਹਨੂੰ ਖੜਾ ਲਿਆ, ਤੂੰ ਮੇਰੇ ਨਾਲ ਖਿਚਾ। ਸੋ ਪੋਲੀਟੀਕਲ ਬੰਦਿਆਂ ਨੂੰ ਨਹੀਂ ਪਤਾ ਹੁੰਦੀਆਂ ਇਹ ਚੀਜ਼ਾਂ, ਕੌਣ ਪਿੱਛੇ ਹੈ ਕੌਣ ਨਹੀਂ। ਸੋ ਇਹ ਜਿਹੜੀ ਸਿਆਸਤ ਹੈ ਕਿ ਗੈਂਗਸਟਰ ਨਾਲ ਸੰਬੰਧ ਨੇ, ਦੇਖੋ ਗੈਂਗਸਟਰ ਆਪਦੀਆਂ ਵਾਰਦਾਤਾਂ ਕਰਦੇ ਨੇ ਤਾਂ ਲਾ ਐਂਡ ਆਰਡਰ ਪੰਜਾਬ ਦੀ ਪੁਲਿਸ ਇੰਨੀ ਸਟਰੋਂਗ ਹੈ, ਇਹਨਾਂ ਨੂੰ ਫੜ ਵੀ ਲੈਂਦੀ ਹੈ, ਨੱਥ ਵੀ ਲੈਂਦੀ ਹੈ ਔਰ ਕਿਤੇ ਨਾ ਕਿਤੇ ਇਹਨਾਂ ਨੂੰ ਕਰਨੀ ਦਾ ਫਲ ਮੌਕੇ 'ਤੇ ਵੀ ਮਿਲ ਜਾਂਦਾ। ਬਿਲਕੁਲ ਕੋਮਲ ਸਾਹਿਬ, ਦੇਖੋ ਨਵੀਂ ਟੈਕਨੋਲੋਜੀ ਆ ਚੁੱਕੀ, ਉਹ ਪਹਿਲਾਂ ਵਾਲਾ ਸਮਾਂ ਜਿਹੜਾ ਹੈਗਾ ਹਾਲਾਤ ਨਹੀਂ ਰਹੇ, ਹਰ ਜਿਹੜਾ ਸਾਈਬਰ ਕ੍ਰਾਈਮ ਇੰਨਾ ਜ਼ਿਆਦਾ ਹੋ ਚੁੱਕਿਆ। ਪੰਜਾਬ ਪੁਲਿਸ ਦੇ ਵਿੱਚ ਜਿਹੜੇ ਨਵੇਂ ਜਿਹੜੇ ਹੈਗੇ ਨੇ, ਜੇ ਆਪਾਂ ਕਾਂਸਟੇਬਲਾਂ ਦੀ ਗੱਲ ਕਰੀਏ ਜਾਂ ਲੜਕੀਆਂ ਕਾਂਸਟੇਬਲ ਭਰਤੀ ਹੋਈਆਂ ਨੇ, ਉਹ BA BEd ਨੇ, ਗ੍ਰੈਜੂਏਟ ਨੇ, MCA ਨੇ, MBA ਨੇ, ਤਾਂ ਨੈਚੁਰਲੀ ਗੱਲ ਉਹ ਪੰਜਾਬ ਪੁਲਿਸ ਲਈ ਇੱਕ ਚੰਗੀ ਕੜੀ ਦਾ ਜਿਹੜਾ ਹੈਗਾ ਕੰਮ ਕਰ ਰਹੇ, ਟੈਕਨੋਲੋਜੀ ਦੇ ਜ਼ਰੀਏ ਪੰਜਾਬ ਪੁਲਿਸ ਨੂੰ ਲਾਹ ਵੀ ਦੇ ਰਹੇ ਨੇ ਅਤੇ ਪੰਜਾਬ ਪੁਲਿਸ ਜਿਹੜੀ ਕਾਰਜਸ਼ੈਲੀ ਹੈ ਉਹਨੂੰ ਚੰਗਾ ਬਣਾਉਣ ਦੇ ਵਿੱਚ ਵੀ ਆਪਣਾ ਜਿਹੜਾ ਹੈਗਾ ਵੱਡਾ ਯੋਗਦਾਨ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਡਰੱਗਸ ਦਾ ਵੀ ਰੌਲਾ ਪਾਉਂਦੇ ਨੇ, ਡਰੱਗਸ ਦਾ ਰੌਲਾ ਤਾਂ ਅਕਾਲੀ ਦਲ ਦੇ ਟਾਈਮ ਵੀ ਪੈਂਦਾ ਰਿਹਾ, ਡਰੱਗਸ ਦਾ ਰੌਲਾ ਉਸ ਤੋਂ ਪਹਿਲਾਂ ਵੀ ਪੈਂਦਾ ਰਿਹਾ, ਡਰੱਗਸ ਦਾ ਰੌਲਾ ਜਿਹੜਾ ਹੈਗਾ ਹੁਣ ਵੀ ਪੈਂਦਾ। ਔਰ ਤੁਸੀਂ ਦੇਖਦੇ ਹੋਗੇ ਕਿ ਪਟਿਆਲਾ ਪੁਲਿਸ ਨੇ ਪਿੱਛੇ ਜੇ ਬਹੁਤ ਜ਼ਿਆਦਾ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ, ਉਹਨਾਂ ਨੂੰ ਫੜਿਆ ਵੀ ਹੈ, ਜੇਲ੍ਹ ਯਾਤਰਾਵਾਂ ਵੀ ਕਰਵਾਈਆਂ ਨੇ। ਇਸੇ ਤਰ੍ਹਾਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਨਸ਼ੀਲੇ ਪਦਾਰਥ ਫੜੇ ਜਾ ਰਹੇ ਨੇ। ਹਰਪ੍ਰੀਤ ਸਿੰਘ ਸਿੱਧੂ ਜਿਹੜੇ ਇੱਥੇ SSP ਹੁੰਦੇ ਸੀ ਪਟਿਆਲੇ ਦੇ ਵਿੱਚ, ਉਹਨਾਂ ਦੀ ਜੇਰੇ ਅਗਵਾਈ ਦੇ ਵਿੱਚ ਟਾਸਕ ਫੋਰਸ ਬਣੀ ਹੈ ਪੰਜਾਬ ਦੇ ਵਿੱਚ ਨਸ਼ਾ ਵਿਰੋਧੀ, ਬਹੁਤ ਵਧੀਆ ਕੰਮ ਕਰ ਰਹੀ ਹੈ। ਸੋ ਅਸੀਂ ਇਹਨਾਂ ਚੀਜ਼ਾਂ ਨੂੰ ਜੇ ਜਦੋਂ ਅਸੀਂ ਲੋੜ ਕਿੱਥੇ ਹੈ, ਸਿਆਸਤ ਦਾ ਰੋਲ ਕਿੱਥੇ ਹੋਣਾ ਚਾਹੀਦਾ, ਸਿਆਸਤ ਦਾ ਲੋੜ ਲੋਕਾਂ ਦੀ ਆਰਥਿਕ ਹਾਲਤ ਕੀ ਹੈ, ਲੋਕਾਂ ਦੇ ਪੀਪਿਆਂ 'ਚ ਆਟਾ ਕਿੰਨਾ, ਲੋਕਾਂ ਦੀ ਜੇਬ 'ਚ ਪੈਸੇ ਕਿੰਨੇ ਨੇ, ਲੋਕ ਆਪਣੇ ਬੱਚਿਆਂ ਨੂੰ ਪੜ੍ਹਾ ਰੱਖਦੇ ਨੇ ਨਹੀਂ, ਬਿਲਕੁਲ ਲੋਕਾਂ ਦੀ ਸਿਹਤ ਦੀਆਂ ਸਹੂਲਤਾਂ, ਲੋਕਾਂ ਦੇ ਲਈ ਹਸਪਤਾਲ ਠੀਕ ਨੇ, ਇਹਨਾਂ ਗੱਲਾਂ ਵੱਲ ਧਿਆਨ ਕੋਈ ਦਿੰਦਾ, ਇਹਨਾਂ ਗੱਲਾਂ ਬਾਰੇ ਕੋਈ ਰੌਲਾ ਪਾਉਂਦਾ? ਸਿਰਫ ਇੱਕ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਦੇ ਲਈ ਜਾਂ ਛਿਟਪੁਟ ਜੇ ਇਹਨਾਂ ਨੂੰ ਉਛਾਲੀ ਜਾਂਦੇ ਨੇ, ਸਾਡੇ ਵਾਲਾ ਮੀਡੀਆ ਵੀ ਮਾਫ਼ ਕਰਨਾ, ਇਹ ਵੀ ਇਸ ਤਰ੍ਹਾਂ ਦੀ ਇਹਨਾਂ ਢੋਲਕੀ ਵਜਾਈ ਜਾਂਦਾ, ਜਦਕਿ ਜਿਹੜੇ ਲੋਕ ਮੁੱਦੇ ਨੇ ਉਹ ਤਾਂ ਅੱਖੋਂ ਪਰੋਖੇ ਹੋ ਜਾਂਦੇ ਨੇ। ਕੀ ਖਿਆਲ ਹੈ ਇਸ ਬਾਰੇ? ਬਿਲਕੁਲ ਜੀ, ਲੋਕ ਮੁੱਦਿਆਂ ਦੀ ਗੱਲ ਕਰਾਂ ਤਾਂ ਮੈਂ ਜਿਵੇਂ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ, ਹੈਲਥ ਦੀ ਗੱਲ ਕੀਤੀ ਹੈ, ਜਿਹੜੀਆਂ ਚੀਜ਼ਾਂ ਦੀ ਲੋੜ ਹੈ, ਜੇ ਆਪਾਂ ਵਿਦੇਸ਼ਾਂ ਦੀ ਗੱਲ ਕਰੀਏ, ਜੇ ਕੈਨੇਡਾ ਦੀ ਗੱਲ ਕਰਾਂ, ਮੈਂ ਇੰਗਲੈਂਡ ਦੀ ਗੱਲ ਕਰਾਂ, ਤਾਂ ਉੱਥੇ ਜਿਹੜੀ ਲੀਡਰਸ਼ਿਪ ਹੈ ਉਹ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਚੱਲਦੀ ਹੈ ਜੀ, ਵੀ ਐਜੂਕੇਸ਼ਨ ਕਿੱਦਾਂ ਦੀ ਹੋਏਗੀ, ਤੁਹਾਡੀ ਹੈਲਥ ਲਈ ਕੀ ਹੋਵੇਗਾ, ਤਾਂ ਸਰਕਾਰਾਂ ਉਹਨਾਂ ਦੀਆਂ ਹੀ ਬਣਦੀਆਂ ਨੇ। ਸਾਡੇ ਇੱਥੇ ਉਲਟਾ ਵੀ ਧਰਮ ਦੇ ਨਾਂ 'ਤੇ ਰਾਜਨੀਤੀ ਚੱਲਦੀ ਹੈ, ਡੇਰਾਵਾਦ ਦੀ ਰਾਜਨੀਤੀ ਚੱਲਦੀ ਹੈ, ਕੋਈ ਨਵੇਂ ਨਵੇਂ ਇਸ਼ੂ ਬਣਾ ਦਿੱਤੇ ਜਾਂਦੇ ਨੇ ਤਾਂ ਲੋਕ ਉਹਨਾਂ ਇਸ਼ੂਆਂ ਦੇ ਪਿੱਛੇ ਲੱਗ ਜਾਂਦੇ ਨੇ। ਹੁਣ ਜਿਹੜਾ ਅਗਲਾ ਪੰਜਾਬ ਦਾ 2022 ਦਾ ਸਮਾਂ ਹੈ ਉਹ ਬੜਾ ਭਿਆਨਕ ਅਤੇ ਖਤਰਨਾਕ ਹੈ, ਲੋਕਾਂ ਨੂੰ ਸੋਚਣਾ ਪਵੇਗਾ ਵੀ ਉਹਨਾਂ ਨੂੰ ਕਿੱਦਾਂ ਦੀ ਸਰਕਾਰ ਚਾਹੀਦੀ ਹੈ। ਬਿਲਕੁਲ, ਲੋਕਾਂ ਨੂੰ ਸੋਚਣਾ ਪਵੇਗਾ। ਜਿਹੜੀ ਤੁਸੀਂ ਵਿਦੇਸ਼ਾਂ ਦੀ ਗੱਲ ਕਰ ਰਹੇ ਹੋ, ਉਹਨਾਂ ਨੂੰ ਤਾਂ ਇੰਨੀ ਸੂਝ ਹੈ, ਉਹ ਇੱਧਰ ਉੱਧਰ ਦੀਆਂ ਗੱਲਾਂ 'ਚ ਨਹੀਂ ਪੈਂਦੇ, ਉਹਨਾਂ ਕੋਲ ਇੰਨੀ ਪਾਵਰ ਵੀ ਹੈ, ਦਿਲੀ ਇੱਛਾ ਵੀ ਹੈ। ਉਹ ਪਿੱਛੇ ਜੇ ਇੱਕ ਵੀਡੀਓ ਆਈ ਸੀ, ਆਪਣਾ ਮੈਂਬਰ ਪਾਰਲੀਮੈਂਟ ਚੱਕ ਕੇ ਉਹਨਾਂ ਨੇ ਇਸ ਕਰਕੇ ਕੂੜੇ ਦੇ ਡਰੰਮ ਵਿੱਚ, ਗਾਰਬੇਜ ਡਰੰਮ ਦੇ ਵਿੱਚ ਸੁੱਟ ਦਿੱਤਾ ਕਿ ਉਹ ਲੋਕਾਂ ਦੇ ਕੰਮ ਨਹੀਂ ਕਰਦਾ। ਬਿਲਕੁਲ, ਮਹਾਤੋਜ ਦਾ ਮੁਕੱਦਮਾ ਜਿਹੜਾ ਹੈਗਾ ਉਹ ਟਰੰਪ 'ਤੇ, ਦੇਖੋ ਚੱਲ ਰਿਹਾ ਵੀ ਤੀਜਾ ਰਾਸ਼ਟਰਪਤੀ ਹੈ ਜਿਹਦੇ ਉੱਤੇ ਟਰੰਪ, ਜੇ ਕਿ ਮਹਾਤੋਜ ਦਾ ਮੁਕੱਦਮਾ ਚਲਾਉਣ ਦੇ ਲਈ ਬੜਾ ਔਖਾ ਕਾਰਜ ਹੈ, ਬੜਾ ਔਖੀ ਵਿਧਾਨਕ ਜਿਹੜੀ ਪ੍ਰਕਿਰਿਆ ਹੈ ਜੀ, ਤਾਂ ਇਹ ਇੱਕ ਇੰਟਰਨੈਸ਼ਨਲ ਨਿਊਜ਼ ਹੈ ਵੀ ਮਹਾਤੋਜ ਦਾ ਮੁਕੱਦਮਾ ਜਿਹੜਾ ਹੈਗਾ ਉਹ ਟਰੰਪ ਦੀ ਤਿਆਰੀ ਕੀਤੀ ਜਾ ਰਹੀ ਹੈ। ਤਿਆਰੀ, ਬਿਲਕੁਲ 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 ਠੀਕ ਹੈ। ਸੋ ਪਿਆਰੇ ਦਰਸ਼ਕੋ, ਗੱਲਾਂ ਦਾ ਸਿਲਸਿਲਾ ਜਿਹੜਾ ਹੈ ਉਹ ਹੋਰ ਵੀ ਅਸੀਂ ਤੁਹਾਨੂੰ ਵਿਕਰਮ ਜੀ ਜਿਹੜੇ ਸਮੇਂ ਸਮੇਂ ਸਿਰ ਸਾਨੂੰ ਪ੍ਰੋਗਰਾਮ ਦੇ ਵਿੱਚ ਆਉਂਦੇ ਰਹਿੰਦੇ ਨੇ, ਆਉਂਦੇ ਰਹਿਣਗੇ, ਅਸੀਂ ਹੋਰ ਵੀ ਚਰਚਾ ਕਰਾਂਗੇ ਕਈ ਇਸ ਤਰ੍ਹਾਂ ਦੇ ਮੁੱਦਿਆਂ ਦੇ ਬਾਰੇ।
ਸਾਨੂੰ ਦਿਓ ਇਜਾਜ਼ਤ। ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇੰਨਾ ਹੀ। ਬਿਕਰਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਪਧਾਰੇ। ਧੰਨਵਾਦ ਜੀ ਗੱਲ ਪੰਜਾਬ ਦੀ ਵੱਲੋਂ, ਜਿਨ੍ਹਾਂ ਨੇ ਮੈਨੂੰ ਇੱਥੇ ਆ ਕੇ ਸਟੂਡੀਓ 'ਚ ਆ ਕੇ ਮੌਕਾ ਦਿੱਤਾ, ਤਾਂ ਮੈਂ ਫਿਰ ਵੀ ਹਰ ਵਕਤ ਤਿਆਰ ਹਾਂ ਕਿਸੇ ਵੀ ਵਿਸ਼ੇ ਲਈ। ਅਤੇ ਸਿਆਸਤ ਦੇ ਮਕੜ ਜਾਲ ਦੇ ਵਿੱਚ ਜਿਹੜੇ ਲੋਕ ਸਾਡੇ ਉਲਝ ਕੇ, ਠੀਕ ਹੈ, ਆਪਣੀਆਂ ਲੋੜਾਂ ਵੱਲ ਧਿਆਨ ਨਹੀਂ ਦਿੰਦੇ, ਆਪਣੇ ਹੋਰ ਮੁੱਦਿਆਂ ਵੱਲੋਂ ਵੇਸਲੇ ਹੋ ਜਾਂਦੇ ਨੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਬਿਲਕੁਲ ਜੀ, ਮੈਂ ਮੈਸੇਜ ਇਹੀ ਦੇਣਾ ਚਾਹਾਂਗਾ ਵੀ ਜਿਹੜਾ ਹੈਗਾ ਰਾਜਨੀਤਿਕ ਤੌਰ 'ਤੇ ਹਰ ਜਿਹੜਾ ਹੈਗਾ ਨਾਗਰਿਕ ਜਿਹੜਾ ਹੈਗਾ ਸੁਚੇਤ ਹੋਣਾ ਚਾਹੀਦਾ। ਸਭ ਤੋਂ ਵੱਡੀ ਗੱਲ, ਜਿਹੜਾ ਸਾਡਾ ਕੋਨਸਟੀਟਿਊਸ਼ਨ ਹੈ, ਸੰਵਿਧਾਨ ਹੈ, ਸਾਨੂੰ ਵੋਟ ਪਾਉਣ ਦਾ ਜਿਹੜਾ ਅਧਿਕਾਰ ਮਿਲਿਆ, ਸਾਨੂੰ ਜਿਹੜੀ ਆਜ਼ਾਦੀ ਮਿਲੀ ਆ, ਉਸ ਅਧਿਕਾਰ ਨੂੰ ਨਿਰਸਵਾਰਥ ਵਰਤ ਕੇ ਜਿਹੜੀ ਹੈਗੀ ਹੈ ਉਹ ਤੁਹਾਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਦੇ ਵਿੱਚ ਜਿਹੜੀਆਂ ਹੈਗੀਆਂ ਚੰਗੀਆਂ ਸਰਕਾਰਾਂ ਬਣਨ ਅਤੇ ਉਹ ਵਿਕਾਸ ਕਾਰਜ ਕਰਨ ਲਈ ਮਜਬੂਰ ਹੋਣ। ਬਿਲਕੁਲ, ਅਸੀਂ ਕਹਿ ਸਕਦੇ ਹਾਂ ਕਿ ਦਰਸ਼ਕੋ ਕੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸੋ ਦੋਸਤੋ, ਗੱਲ ਪੰਜਾਬ ਦੀ ਟੀਵੀ ਜਦੋਂ ਤੁਸੀਂ ਵੇਖਦੇ ਹੋ, ਗੁਜ਼ਾਰਿਸ਼ ਹੈ ਸਬਸਕ੍ਰਾਈਬ ਜ਼ਰੂਰ ਕਰੋ। ਜਿਨ੍ਹਾਂ ਦੋਸਤਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਨਹੀਂ ਕੀਤਾ ਕਿਰਪਾ ਕਰਕੇ ਕਰ ਲਓ। ਅਤੇ ਦੋਸਤੋ, ਬੈੱਲ ਆਈਕਨ ਦਾ ਬਟਨ ਵੀ ਦਬਾਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਅਤੇ ਅਪਡੇਟ ਵੀ ਮਿਲਦੇ ਰਹਿਣ। ਸੋ ਦੋਸਤੋ, ਫਿਲਹਾਲ ਹੁਣ ਸਾਨੂੰ ਦਿਓ ਇਜਾਜ਼ਤ, ਤੁਹਾਡਾ ਬਹੁਤ ਬਹੁਤ ਧੰਨਵਾਦ। ਵੇਖਦੇ ਰਹੋ ਗੱਲ ਪੰਜਾਬ ਦੀ ਟੀਵੀ, ਗੱਲ ਸਾਡੀ ਅਤੇ ਸਾਡੇ ਸਾਰਿਆਂ ਦੀ।